ਵੀ ਜੇ ਤਾਂ ਬੰਦਾ ਮੂਹਰੇ ਬੈਠਾ ਦੇਖੀ ਜਾਂਦਾ ਤੇ ਨਹੀਂ ਚੱਲਣਾ, ਜੇ ਪਤਾ ਵੀ ਬੰਦਾ ਚਲੇ ਗਿਆ ਤੇ ਨਹੀਂ ਬੰਦ ਹੋ ਜਾਣਾ, ਇਹ ਸਿਆਣਾ। ਆਹ ਕਹਿੰਦੀ ਜਿਹ ਘਰੇ ਬੱਚੇ ਹੁੰਦੇ ਆਪਣੇ ਆਖੇ ਲਾ ਦੇ ਟੀਵੀ ਦੇ ਨੇੜੇ ਆ ਜਾਂਦੇ ਹੈਗੇ ਤਾਂ ਟੀਵੀ ਉਹ ਤੋਂ ਵੀ ਅਲਰਟ ਕਰ ਦਿੰਦਾ, ਪ੍ਰੋਕਸੀਮਿਟੀ ਸੈਂਸਰ ਦਿੱਤਾ ਹੋਇਆ ਟੀਵੀ, ਜੇ ਬੱਚਾ ਜ਼ਿਆਦਾ ਨਜ਼ਦੀਕ ਆਏਗਾ ਤਾਂ ਉਹ ਤੋਂ ਵੀ ਅਲਰਟ ਕਰ ਦਿੰਦਾ, ਦੂਰ ਹਟ ਕੇ ਬਹਿ ਜਾ, ਦੂਰ ਹਟ ਕੇ ਬਹਿ ਜਾ। ਜਵਾਕੋ ਨੋਟ ਕਰ ਲਿਓ ਗੱਲ ਵੀ ਟੀਵੀ ਚਪੇੜ ਵੀ ਮਾਰਦਾ, ਦੂਰ ਹੋ ਕੇ ਬਹਿਣਾ। ਅੱਛਾ, ਇਹ ਕੈਮਰਾ ਕੰਮ ਕਰੇਗਾ, ਫਸਟ ਕੰਮ ਕਰੇਗਾ ਇਹ ਜਿਹੜਾ ਆਪਣਾ ਜੈਸਚਰ ਕੰਟਰੋਲ ਸਪੋਰਟ ਕਰੇਗਾ, ਜਿਵੇਂ ਆਪਾਂ ਹੱਥ ਲਾਇਆ ਆਵਾਜ਼ ਘੱਟ ਕਰ ਲਈ ਵੱਧ ਕਰ ਲਈ ਚੈਨਲ ਚੇਂਜ ਕਰ ਲਿਆ, ਆਪਣੇ ਹੱਥ ਦੇ ਉਸ ਨਾਲ ਜੈਸਚਰ ਦੇ ਨਾਲ ਚੱਲਣਾ ਹੈ ਟੀਵੀ, ਇਸ਼ਾਰਿਆਂ ਨਾਲ, ਇਸ਼ਾਰਿਆਂ ਨਾਲ ਟੀਵੀ ਚੱਲੂਗਾ ਆਪਣਾ। ਕੋਈ ਦੱਸੋ ਜਿਵੇਂ ਗੂਗਲ ਟੀਵੀ ਦੀ ਗੱਲ ਕੀਤੀ ਹੈ, ਕੀ ਇਹ ਕਿਸੇ ਹੋਰ ਟੈਲੀਵਿਜ਼ਨ ਜਾਂ LED ਜਾਂ LCD ਕਿਸੇ ਚਾਹੁੰਦਾ ਫੰਕਸ਼ਨ ਇਹ ਨਹੀਂ ਆਵੇ, ਪ੍ਰੋਪਰ ਗੂਗਲ ਟੀਵੀ ਸੋਨੀ ਇਹ ਆਪਣੇ ਕੋਲ ਹੀ ਆ, ਆਪਣੇ ਕੋਲ ਹੀ ਆ ਜੀ, ਜਿੰਨੀਆਂ ਮੂਵੀਜ਼ ਆ ਰਹੀਆਂ ਆਪਣੇ ਕੋਲ ਸਭ 4K ਦੇ ਵਿੱਚ ਆ ਰਹੀਆਂ, ਉਹ ਤੋਂ ਉੱਪਰ ਆ ਗਿਆ ਹੁਣ ਡੋਲਬੀ ਵਿਜ਼ਨ। ਡੋਲਬੀ ਵਿਜ਼ਨ ਇਹ ਕੀ ਆ? ਡੋਲਬੀ ਵਿਜ਼ਨ ਮੂਵੀਜ਼ ਬਣ ਰਹੀਆਂ ਡੋਲਬੀ ਵਿਜ਼ਨ ਦੇ ਉੱਪਰ, ਜਿਹਦੇ ਵਿੱਚ ਕਲਰ ਕੰਟਰਾਸਟ ਬਲੈਕ ਕਲਰ ਬਹੁਤ ਜ਼ਿਆਦਾ ਹਾਈ ਹੋ ਜਾਂਦਾ, ਜਿਹਨੂੰ ਨੋਰਮਲ ਪੈਨਲ ਸਪੋਰਟ ਹੀ ਨਹੀਂ ਕਰ ਪਾਉਂਦਾ। ਅੱਛਾ, ਮਾੜੇ ਟੀਵੀ ਦੇ ਵੱਸ ਦਾ ਰੋਗ ਨਹੀਂ, ਮਾੜੇ ਟੀਵੀ ਦੇ ਵੱਸ ਦਾ ਰੋਗ ਨਹੀਂ ਹੈਗਾ, ਉਹ ਇਹ ਚ, ਉਹ ਆਪਾਂ ਨੂੰ ਇਸ ਚ ਮਿਲਦਾ ਗਾ ਖੜਗੀ। ਮੈਨੂੰ ਆਉਂ ਲੱਗਦਾ ਵੀ ਤੁਹਾਡੇ ਸੋਨੀ ਵਾਲਿਆਂ ਨੇ ਸਿਨੇਮੇ ਖਤਮ ਕਰ ਦੇਣੇ। ਬਿਲਕੁਲ ਜੀ, ਬਿਲਕੁਲ, ਇਹ ਟੀਵੀ ਦੀ ਨਵੀਂ ਟੈਕਨੋਲੋਜੀ ਆ ਗਈ OLED ਜੀ, ਇਹਦਾ ਬੈਨੀਫਿਟ ਕੀ ਆ, ਇਹਦੇ ਪਿੱਛੇ ਕੋਈ ਬੈਕਲਾਈਟ ਨਹੀਂ ਲੱਗੀ, ਸੈਲਫ ਲਾਈਟ ਸਕਰੀਨ ਆ ਇਹਦੀ, ਜਿੰਨੇ ਪਿਕਸਲਾ ਖੁਦ ਪਿਕਸਲ ਸਪੋਰਟ ਕਰ ਰਹੇ ਆ, ਉਹਨੂੰ ਪਿਕਸਲ ਬਣਾ ਰਹੇ ਆ ਪਿਕਚਰ ਨੂੰ ਜੀ, ਸਭ ਤੋਂ ਬੈਟਰ ਪਿਕਚਰ ਕੁਆਲਿਟੀ ਆ ਗਈ। ਫਿਰ ਜਿਹੜੀ ਸਾਊਂਡ ਆਊ ਡਾਇਰੈਕਟ ਸਕਰੀਨ 'ਚੋਂ ਆਊ, ਜਿਹੜੀ ਸਪੀਕਰ ਨਹੀਂ, ਅੱਛਾ ਜਿਹੜੀ ਆਵਾਜ਼ ਆਉਣੀ ਹੈ ਉਹਦੇ ਵਿੱਚੋਂ ਆਉਣੀ, ਸਪੀਕਰ ਨਹੀਂ ਕੋਈ ਲੱਗਿਆ, ਸਪੀਕਰ ਨਹੀਂ ਲੱਗਿਆ, ਤੁਸੀਂ ਦੇਖ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਸੋਨੀ ਦੇ ਸ਼ੋਰੂਮ 'ਚ ਆਇਆ ਹੋਇਆ ਵਾਂ, ਜਿਹੜੇ ਕਿ ਸਾਰੇ ਪੰਜਾਬ ਦੇ ਵਿੱਚ ਸਿਰਫ 4-5 ਹੀ ਆ ਇਸ ਲੈਵਲ ਦੇ। ਅੱਜ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਆ, ਸੋਨੀ ਦੇ ਜਿਹੜੇ ਵੀ ਪ੍ਰੋਡਕਟਸ ਆਉਂਦੇ ਆ ਇਹਦੀ ਗੱਲਬਾਤ ਕਰਾਂਗੇ ਆਪਾਂ, ਨਾਲੇ ਜਾਣਕਾਰੀ ਲਵਾਂਗੇ ਭਾਈ ਕੀ ਖਾਸ ਆ। ਇਹ ਉਹ ਪ੍ਰੋਡਕਟ ਨੇ ਸੋਨੀ ਦੇ ਜਿਹੜੇ ਮੈਂ ਦੱਸਦਾ ਵੀ ਜਿਹੜੇ ਲੋਕ ਰੇਟ ਪੁੱਛੇ ਵੀ ਨਹੀਂ ਲੈ ਜਾਂਦੇ ਆ, ਦਾ ਜਿਵੇਂ ਬੋਲਟ ਅਤੇ ਸੋਨੀ ਇਹ ਦੋ ਇਹੋ ਜਿਹੀਆਂ ਚੀਜ਼ਾਂ ਵਾ ਜਿਹਨਾਂ ਦਾ ਕੋਈ ਰੇਟ ਨਹੀਂ ਪੁੱਛਦਾ, ਅਤੇ ਉਹ ਅੰਦਰ ਜਾ ਕੇ ਗੱਲਬਾਤ ਕਰਦੇ ਹਾਂ, ਡਿਟੇਲ 'ਚ ਜਾਣਕਾਰੀ ਦੇਵਾਂਗੇ, ਨਾਲੇ ਕੀ ਫੀਚਰਸ ਆ ਕੀ ਔਫਰਸ ਆ ਉਹਨਾਂ ਦੀ ਗੱਲਬਾਤ ਕਰਦੇ ਹਾਂ, ਆਓ ਚੱਲ ਗਏ। ਦਰਸ਼ਕੋ ਪਹੁੰਚ ਗਏ ਅਮਰੀਕ ਸਿੰਘ ਰੋਡ ਦੇ ਉੱਤੇ, ਚਾਵਲਾ ਇਲੈਕਟ੍ਰੋਨਿਕਸ ਵਾਲੇ ਵੱਜਦੇ ਆ, ਸੋਨੀ ਸ਼ੋਰੂਮ ਆ ਸੋਨੀ ਦਾ, ਜਿਹੜਾ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਪੰਜਾਬ 'ਚ ਸਾਰੇ 4-5 ਵੱਡੇ ਸ਼ੋਰੂਮ ਆ। ਸਾਡੇ ਨਾਲ ਬਾਈ ਪੁਸ਼ਪਿੰਦਰ ਹੋਊਗਾ ਵੀਰ ਜੀ, ਸਤਿ ਸ਼੍ਰੀ ਅਕਾਲ, ਅਤੇ ਨਾਲ ਬਰਵਿੰਦਰ ਸਿੱਧੂ ਸਾਹਿਬ ਬਾਈ ਜੀ ਵੀ, ਸਤਿ ਸ਼੍ਰੀ ਅਕਾਲ, ਧੰਨਵਾਦ ਬਾਈ ਜੀ। ਗੱਲ ਇਹ ਆ ਵੀ ਸੋਨੀ ਦਾ ਨਾਂ ਤਾਂ ਸੁਣਿਆ ਸੀ ਬਹੁਤ, ਅਤੇ ਕਈ ਵਾਰੀ ਰੇਟ ਖੁਣੋ ਅਸੀਂ ਲੰਘ ਜਾਂਦੇ ਹੁੰਦੇ ਹਾਂ ਬਈ ਭਾਈ, ਇਹਦਾ ਯਾਰ ਵੱਡੀਆਂ ਗੱਲਾਂ ਬਾਤਾਂ, ਅਤੇ ਅੱਜ ਇਹ ਪੁੱਛਣਾ ਬਈ ਵੱਡੀਆਂ ਗੱਲਾਂ ਹੈ ਕਿਹੜੀਆਂ ਇਹਦੇ ਵਿੱਚ? ਫਿਰ ਆਪਾਂ ਘਰੇ ਕੋਈ ਬੱਚੇ ਦਾ ਬਰਥਡੇ ਵਗੈਰਾ ਕੋਈ ਪਾਰਟੀ ਕਰਨੀ ਹੈ ਨਿੱਕੀ, ਆਪਾਂ ਤਾਂ ਸੇਮ ਆਪਣੇ ਕੋਲ ਘਰੇ ਪਾਰਟੀ ਸਪੀਕਰ ਆ ਗਏ, ਤਾਂ ਆਪਾਂ ਇੱਥੋਂ ਸ਼ੁਰੂ ਕਰੀਏ, ਆਪਾਂ LED ਤੋਂ ਸ਼ੁਰੂ ਕਰਦੇ ਹਾਂ ਜੀ। ਜੀ ਆਜੋ ਆਜੋ ਵੀ, ਤੁਹਾਡਾ ਚਰਚੇ ਵੱਡੇ ਵੱਡੇ ਕਿਹੜੇ ਸਾਈਜ਼ ਤੋਂ ਸ਼ੁਰੂ ਹੋ ਜਾਂਦੀਆਂ? ਆਪਣੇ ਕੋਲ ਸਾਈਜ਼ 32 ਇੰਚ ਤੋਂ ਸਟਾਰਟ ਹੋ ਜਾਂਦਾ ਜੀ। ਅੱਛਾ, ਜਿਵੇਂ ਆਹ ਸ਼ੁਰੂ ਹੋ ਗਿਆ ਹੈ ਨਾ, 32 ਇੰਚ ਤੋਂ ਸਟਾਰਟ ਹੋ ਗਿਆ, ਆਪਣੇ ਕੋਲ 85 ਇੰਚ ਤੱਕ ਸਾਰੀ ਰੇਂਜ ਲੱਗੀ ਹੋਈ ਆ। ਅਤੇ ਹੁਣ ਬਾਈ ਜੀ ਇਹਨਾਂ 'ਚ ਕੀ ਖਾਸ ਆ, ਹੁਣ ਕੰਪਨੀਆਂ ਤਾਂ ਹੋਰ ਵੀ ਆਉਂਦੀਆਂ? ਇਹਦੇ ਵਿੱਚ ਖਾਸ ਆ ਸਰ, ਆਪਣੇ ਕੋਲ ਜਿਹੜੇ TV ਆ ਰਹੇ ਆ ਉਹ ਆ ਰਹੇ ਹੈਗੇ, ਇੱਕ ਤਾਂ ਜਿਵੇਂ ਪਹਿਲਾਂ TV ਆ ਰਹੀ ਸਮਾਰਟ ਆਪਣੇ ਕੋਲ, ਉਹ ਵੀ ਆ ਰਹੇ ਹੈਗੇ ਸਮਾਰਟ TV, ਪਰ ਇਹਦੀ ਆਪਸ਼ਨ ਬਹੁਤ ਘੱਟ ਹੋ ਗਈ, ਅੱਜ ਕੱਲ੍ਹ ਯੂਜ਼ ਬਹੁਤ ਘੱਟ ਹੋ ਗਿਆ ਸਮਾਰਟ ਦਾ। ਹੁਣ ਜਿਹੜਾ ਨਵਾਂ ਟ੍ਰੈਂਡ ਆ ਗਿਆ ਉਹ ਆ ਗਿਆ ਆਪਣਾ Google TV। ਗੂਗਲ TV, ਹਾਂ Google TV, ਤੁਸੀਂ ਦੇਖੋਗੇ Google TV ਦਾ ਲੋਗੋ TV ਦੇ ਉੱਪਰ ਹੀ ਗੂਗਲ ਲਿਖਿਆ ਹੋਇਆ ਹੈਗਾ, ਤਾਂ ਪ੍ਰੋਪਰ Google TV ਆ ਜੀ। ਫਿਰ TV ਜਿਹੜਾ ਚੱਲਦਾ ਆਪਣੇ ਅਕੋਰਡਿੰਗ ਚੱਲਦਾ ਹੈਗਾ, ਜਿਵੇਂ ਤੁਸੀਂ ਦੇਖੋਗੇ 4G ਲਿਖਿਆ, ਜਿਵੇਂ ਆਪਾਂ ਫੋਨ ਚਲਾਉਂਦੇ ਹਾਂ ਸਾਰਾ ਦਿਨ, ਫੋਨ ਦੇ ਵਿੱਚ ਕੀ ਹੁੰਦਾ ਆਪਾਂ ਜੋ ਸਰਚ ਕਰਦੇ ਰਹਿੰਦੇ ਹੈਗੇ, ਜਿਵੇਂ ਆਪਾਂ YouTube ਚਲਾ ਲਿਆ ਜਾਂ ਆਪਾਂ Netflix ਚਲਾ ਲਿਆ, ਉਹਦੀ ਰੈਕਮੈਂਡ ਆਪਾਂ ਨੂੰ ਆਉਂਦੇ ਰਹਿੰਦੇ, ਆਪਣਾ ਟੇਸਟ TV ਸਮਝ ਲੈਂਦਾ, ਫੋਨ ਸਮਝ ਲੈਂਦਾ, ਤਾਂ ਸੇਮ TV ਸਮਝ ਲੈਂਦਾ ਉਹਦੇ ਵਿੱਚ, ਮਤਲਬ ਆਪਣੀ ਮੱਤ ਬੋਧ ਨੂੰ ਇਹ ਸਮਝ ਲੈਂਦਾ, ਸਮਝ ਲੈਂਦਾ ਵੀ ਕਿੰਨੀ ਕੁ ਮੱਤ ਵਾਲੇ ਆ, ਕੀ ਦੇਖਣਾ ਚਾਹੁੰਦੇ ਆ, ਕੀ ਦੇਖਣਾ ਚਾਹੁੰਦੇ ਆ, ਆਪਾਂ ਉਹਨੂੰ ਇਹ ਸਮਝ ਲੈਂਦਾ ਹੈਗਾ, ਤੇ ਉਹਦੇ ਆਪ ਉਹਦੇ ਆਪਾਂ ਨੂੰ ਹਿਸਾਬ ਨਾਲ ਆਪਾਂ ਨੂੰ ਰੈਕਮੈਂਡ ਕਰਦਾ ਰਹਿੰਦਾ, ਜਾਂ ਆਪਾਂ ਕੋਈ ਲਾਸਟ ਕੋਈ ਮੂਵੀ ਦੇਖ ਰਹੇ ਸੀ ਕੰਮ ਪੈ ਗਿਆ ਆਪਾਂ ਛੱਡਤੀ ਵਿੱਚ, ਤਾਂ ਉਹਨੂੂੰ ਵੀ ਉੱਥੇ ਚੱਕ ਦਿਖਾ ਦਿੰਦਾ ਵੀ ਆਪਣੇ ਇੱਥੇ ਰਹਿ ਗਿਆ ਸੀ ਇਹ ਜੀ। ਇੱਕ ਵਾਰੀ ਦੱਸੋ ਜਿਵੇਂ ਗੂਗਲ TV ਦੀ ਗੱਲ ਕੀਤੀ ਆ, ਕੀ ਇਹ ਕਿਸੇ ਹੋਰ ਟੈਲੀਵਿਜ਼ਨ ਜਾਂ LED ਜਾਂ LCD ਕਿਸੇ ਚਾਹੁੰਦਾ ਫੰਕਸ਼ਨ ਇਹ ਨਹੀਂ ਆਵੇ? ਪ੍ਰੋਪਰ Google TV ਸੋਨੀ, ਇਹ ਆਪਣੇ ਕੋਲ ਹੀ ਆ, ਆਪਣੇ ਕੋਲ ਹੀ ਆ ਜੀ Google TV। ਅੱਛਾ, ਇਹਦੇ Google TV ਫਿਰ ਬੈਨੀਫਿਟ ਹੋਰ ਆਪਾਂ ਨੂੰ, ਜਿਵੇਂ ਆਪਾਂ ਮੂਵੀਜ਼ ਕੋਈ, ਹੁਣ ਬਹੁਤ ਸਾਰੇ ਪਲੇਟਫਾਰਮ ਆ ਗਏ, Netflix ਆ ਗਿਆ, Amazon ਆ ਗਿਆ, Hotstar ਆ ਗਿਆ, ਹਰ ਰੋਜ਼ ਕੋਈ ਨਵਾਂ ਪਲੇਟਫਾਰਮ ਲਾਂਚ ਹੋ ਜਾਂਦਾ, ਕੋਈ ਮੂਵੀਜ਼ ਬਣਾ ਰਿਹਾ, ਕੋਈ ਵੈਬ ਸੀਰੀਜ਼ ਬਣਾ ਰਿਹਾ, ਠੀਕ ਹੈ, ਤਾਂ ਉਹਦੇ ਲਈ ਕੀ ਦਿੱਤਾ ਹੋਇਆ ਆਪਾਂ ਨੂੰ, ਇੱਕ ਸਿੰਗਲ ਸਰਚ ਦਿੱਤਾ ਹੋਇਆ ਇਹਦੇ ਵਿੱਚ ਜੀ, ਜਿਹੜਾ ਵੀ ਆਪਾਂ ਸਰਚ ਕਰਨਾ ਹੈਗਾ ਇੱਥੇ ਸਿੰਗਲ ਸਰਚ ਆ, ਚਾਹੇ ਤੁਸੀਂ ਇਹਦੇ ਵਿੱਚ ਆਪਾਂ ਨੂੰ 7 ਲੱਖ ਕੰਟੈਂਟ
ਇੱਕ ਸਰਚ ਦੇ ਉੱਪਰ ਮਿਲ ਜੂਗਾ ਜੀ, 7000 ਪਲੱਸ ਐਪਲੀਕੇਸ਼ਨ ਮਿਲ ਜਾਣਗੀਆਂ ਆਪਾਂ ਨੂੰ ਇੱਕ ਸਿੰਗਲ ਸਰਚ ਦੇ ਨਾਲ, ਚਾਹੇ ਕਿਸੇ ਵੀ ਪਲੇਟਫਾਰਮ ਤੇ ਪਿਆ ਹੋਵੇ, ਚਾਹੇ ਜਿਵੇਂ ਕੋਈ ਗੇਮ ਆ ਪਲੇ ਸਟੋਰ ਤੇ ਪਿਆ ਡਾਇਰੈਕਟ ਟੀਵੀ ਉੱਥੇ ਚਲਾ ਜਾਊਗਾ, ਚਾਹੇ ਕੋਈ ਮੂਵੀ ਆ ਨੈਟਫਲਿਕਸ ਤੇ ਪਈ ਆ ਐਮਾਜ਼ੋਨ ਤੇ ਪਈ, ਜਿੱਥੇ ਵੀ ਪਿਆ ਟੀਵੀ ਡਾਇਰੈਕਟ ਉੱਥੇ ਪਲੇ ਕਰ ਦੇਣਾ, 7 ਲੱਖ ਕੰਟੈਂਟ ਆਪਾਂ ਨੂੰ ਹੋਮ ਸਕਰੀਨ ਤੇ ਅਵੇਲੇਬਲ ਹੈਗਾ। ਮਤਲਬ ਕੁੱਲ ਮਿਲਾ ਕੇ ਤਲੀਏ ਵੀ ਇਹਦਾ ਦਿਮਾਗ 300 ਜਾਂ ਅੱਖ ਕਹਿ ਦੇਈਏ ਇਹਦੀ 360 ਡਿਗਰੀ ਤੱਕ ਘੁੰਮਦੀ ਆ ਡਿਗਰੀ, ਟੀਵੀ ਸਾਰਾ ਕੁਝ ਇਹ ਚ ਪਿਆ, ਸਾਰਾ ਕੁਝ ਇਹ ਚ ਪਿਆ। ਫਿਰ ਗੂਗਲ ਕੀ ਆ, ਗੂਗਲ ਆਪਾਂ ਹਰ ਟਾਈਮ ਯੂਜ਼ ਕਰਦੇ ਆ, ਤੁਸੀਂ ਪੇਮੈਂਟ ਕਰਨੀ ਆ ਤਾਂ ਗੂਗਲ ਕਰੋਗੇ, ਕੋਈ ਮੈਪ ਲੱਭਣਾ ਤਾਂ ਗੂਗਲ ਕਰੋਗੇ, ਕੋਈ ਸਰਚ ਕਰਨਾ ਤਾਂ ਗੂਗਲ ਕਰੋਗੇ, ਤਾਂ ਗੂਗਲ ਆਪਣੀ ਜ਼ਿੰਦਗੀ ਬਣ ਗਿਆ। ਉਹ ਤੋਂ ਬਿਨਾਂ ਆਪਾਂ ਸੋਚ ਨਹੀਂ ਸਕਦੇ, ਆਪਾਂ ਨੂੰ ਕੁਛ ਵੀ ਆਪਾਂ ਸਰਚ ਕਰਨਾ ਕਰਾਂਗੇ ਗੂਗਲ ਹੀ ਕਰਾਂਗੇ, ਤਾਂ ਟੀਵੀ ਗੂਗਲ ਬਣਾਤਾ, ਗੂਗਲ ਬਣਾ ਦਿੱਤਾ। ਬਾਕੀ ਗੱਲ ਦਰਸ਼ਕਾਂ ਨੂੰ ਪਤਾ ਹੀ ਆ, ਸੋਨੀ ਜਪਾਨ ਦੀ ਕੰਪਨੀ ਦੇ, ਜਪਾਨ ਵਾਲੇ ਤਕਨੀਕ ਤੇ ਮਤਲਬ ਇਸਲੇ ਦੇ ਸਿੱਧੂ ਸਾਹਿਬ ਕਨੜਾ ਹੀ ਆ ਕੰਮ ਉਹਨਾਂ ਦਾ। ਬਿਲਕੁਲ ਜੀ, ਪਿਕਚਰ ਕੁਆਲਿਟੀ ਦੇ ਸਾਊਂਡ ਤਾਂ ਇਸ ਤੋਂ ਵਧੀਆ ਕਿਸੇ ਕੰਪਨੀ ਦੇ ਵਿੱਚ ਆ ਹੀ ਨਹੀਂ ਸਕਦਾ। ਗਾਹਾਂ ਜਪਾਂ ਕਿਹਦੇ ਨਾ ਪਿੰਡਾਂ 'ਚ ਮਜ਼ਾਕ ਕਰਦੇ ਲੱਗਾ, ਸਾਡੇ ਕਿਤੇ ਸੋਨੀ ਦਾ ਚੱਲਦਾ ਵਾ, ਇੱਕੋ ਨਾਂ ਬਣਿਆ ਹੋਇਆ ਕੰਮ। ਆਡੀਓ ਤੇ ਵੀਡੀਓ ਦੇ ਵਿੱਚ ਇਹ ਮਾਰਕੀਟ ਲੀਡਰ ਨਹੀਂ। ਇੱਕ ਗੱਲ ਵੀ ਇਹਦਾ ਸੋਨੀ ਤੇ ਜਦੋਂ ਮਤਲਬ ਸ਼ੋਰੂਮ 'ਚ ਐਂਟਰੀ ਕਰਦਾ, ਇਹ ਆਮ ਅਕਸਰ ਆ ਕਿਹਾ ਜਾਂਦਾ ਵੀ ਇਹਦਾ ਬੰਦਾ ਰੇਟ ਪੁੱਛੇ ਵੀ ਨਹੀਂ ਲਾਏ, ਇਹ ਹੋਇਆ ਤੇ ਬੁਲਟ। ਬਿਲਕੁਲ ਜੀ, ਇਹਨਾਂ ਦੋਨਾਂ ਦਾ ਕੋਈ ਰੇਟ ਨਹੀਂ ਪੁੱਛਦਾ, ਕੁਆਲਿਟੀ ਦਾ ਜੀ ਕੋਈ ਮੁੱਲ ਨਹੀਂ ਹੁੰਦਾ। ਕੁਆਲਿਟੀ ਦਾ, ਕੁਆਲਿਟੀ ਡਿਲੀਵਰ ਕਰ ਰਹੇ ਆ ਤਾਂ ਫਿਰ ਉਹਦੀ ਪ੍ਰਾਈਸ ਕਦੇ ਵੀ ਕਸਟਮਰ ਨਹੀਂ ਪੁੱਛਦਾ, ਉਹਨੂੰ ਸਮਝ ਆਉਣਾ ਚਾਹੀਦਾ ਕਿ ਇਹਦੇ ਵਿੱਚ ਕੁਆਲਿਟੀ ਫੀਚਰਸ ਕੀ ਹੁੰਦਾ। ਤੇ ਜਿਹੜੇ ਦੱਸਦੇ ਜਿਵੇਂ ਦੱਸਿਆ ਸੀ ਇੱਕ ਗੂਗਲ ਟੀਵੀ ਹੋ ਗਿਆ, ਇਸ ਤੋਂ ਬਿਨਾਂ ਇੱਕ ਤੁਸੀਂ ਹੋਰ ਦਾ ਨਾਂ ਲੈਂਦੇ ਸੀਗੇ। ਫਿਰ ਗੂਗਲ ਟੀਵੀ ਤੋਂ ਬਾਅਦ ਜਿਹੜੇ ਜਿਵੇਂ ਟੀਵੀ HD ਆ ਗਏ ਇਹ, ਫਿਰ ਫੁੱਲ HD ਆ ਗਿਆ, ਜਿਹੜਾ ਹੁਣ ਮੇਨ ਆ ਗਿਆ ਉਹ ਆ ਗਿਆ 4K ਦੇ ਵਿੱਚ ਵੀ ਆਪਾਂ ਨੂੰ ਗੂਗਲ ਟੀਵੀ ਮਿਲ ਜਾਏਗਾ। ਗੂਗਲ ਟੀਵੀ ਦੇ 4K ਦੇ ਵਿੱਚ ਹੁਣ ਜਿੰਨੀਆਂ ਮੂਵੀਜ਼ ਆ ਰਹੀਆਂ ਆਪਣੇ ਕੋਲ ਸਭ 4K ਦੇ ਵਿੱਚ ਆ ਰਹੀਆਂ, ਉਹ ਤੋਂ ਉੱਪਰ ਆ ਗਿਆ ਹੁਣ ਡੋਲਬੀ ਵਿਜ਼ਨ। ਇਹ ਕੀ ਆ ਡੋਲਬੀ ਵਿਜ਼ਨ? ਮੂਵੀਜ਼ ਬਣ ਰਹੀਆਂ ਡੋਲਬੀ ਵਿਜ਼ਨ ਦੇ ਉੱਪਰ, ਜਿਹਦੇ ਵਿੱਚ ਕਲਰ ਕੰਟਰਾਸਟ ਬਲੈਕ ਬਹੁਤ ਜ਼ਿਆਦਾ ਹਾਈ ਹੋ ਜਾਂਦਾ, ਜਿਹਨੂੰ ਨੋਰਮਲ ਪੈਨਲ ਸਪੋਰਟ ਹੀ ਨਹੀਂ ਕਰ ਪਾਉਂਦਾ। ਅੱਛਾ, ਮਾੜੇ ਟੀਵੀ ਦੇ ਵੱਸ ਦਾ ਰੋਗ ਨਹੀਂ, ਮਾੜੇ ਟੀਵੀ ਦੇ ਵੱਸ ਦਾ ਰੋਗ ਨਹੀਂ ਹੈਗਾ, ਉਹ ਇਹ 'ਚ ਉਹ ਆਪਾਂ ਨੂੰ ਇਸ 'ਚ ਮਿਲਦਾ ਹੈਗਾ। ਇਹਦੇ ਵਿੱਚ ਹੁਣ ਆਪਾਂ ਤੁਸੀਂ ਦੇਖੋਗੇ ਜਿੰਨੀਆਂ ਹੁਣ ਆਪਣੇ ਲਾਸਟ ਮੂਵੀਜ਼ ਰਿਲੀਜ਼ ਹੋਈਆਂ, ਉਹ ਸਾਰੀਆਂ ਮੂਵੀਜ਼ ਰਿਲੀਜ਼ ਹੋਈਆਂ ਡੋਲਬੀ ਵਿਜ਼ਨ ਦੇ ਵਿੱਚ, ਜਿਹਨੂੰ ਕਿ ਨੋਰਮਲ ਟੀਵੀ ਸਿਰਫ 4K ਤੱਕ ਹੀ ਪਲੇਬੈਕ ਕਰਦਾ ਹੈਗਾ। ਸਿਰਫ ਸੋਨੀ ਹੈ ਜਿਹੜਾ ਡੋਲਬੀ ਵਿਜ਼ਨ ਅਤੇ ਡੋਲਬੀ ਐਟਮੋਸ ਜਿਹੜਾ ਆਪਾਂ ਨੂੰ ਦੇ ਰਿਹਾ ਸੌਂਗ। ਮਤਲਬ ਇਹਦੇ ਸਾਂਚੇ ਦੇ ਵਿੱਚ ਜਿਹੜੀਆਂ ਵੱਡੀਆਂ ਫਿਲਮਾਂ ਬਣਦੀਆਂ ਉਹ ਫਿੱਟ ਆ ਜਾਂਦੀਆਂ, ਇਹਦੇ ਵਿੱਚ ਫਿੱਟ ਆ ਜਾਂਦੀਆਂ। ਜਿਵੇਂ ਆਪਾਂ ਨੋਰਮਲੀ ਗੱਲ ਕਰੀਏ, ਤੁਹਾਨੂੰ ਮੈਂ ਦਿਖਾਵਾਂ ਇੱਕ, ਸਾਰਾ ਕੁਝ ਹੀ ਦੇਖ ਸਕਦੇ ਹੋ, ਸਾਰਾ ਕੁਝ ਦੇਖੋ ਟੀਵੀ ਦੇ ਵਿੱਚ। ਇਹ ਮਤਲਬ ਕੰਪਿਊਟਰ ਹੀ ਦਿੱਤਾ, ਹਾਂ ਜਿਵੇਂ ਉਹ ਮੂਵੀ ਪਈ ਆ। ਆਪਾਂ ਜੇ ਕਿਸੇ ਨੋਰਮਲ ਟੀਵੀ ਦੀ ਗੱਲ ਕਰੀਏ, ਉਹ ਸਿਰਫ 4K UHD ਤੇ HDR ਤੱਕ ਪਲੇਬੈਕ, ਇਹਦੇ ਵਿੱਚ ਡੋਲਬੀ ਵਿਜ਼ਨ ਆ ਗਿਆ, ਡੋਲਬੀ ਐਟਮੋਸ ਆ ਗਿਆ ਸਾਊਂਡ, ਤਾਂ ਪ੍ਰੋਪਰ ਆਪਾਂ ਨੂੰ ਦਿੱਤੀਆਂ ਹੋਈਆਂ ਚਾਰ ਆਪਸ਼ਨਸ ਆ ਗਏ, ਚਾਰ ਵਿਜ਼ਨ, 4K, ਹਾਂ ਐਟਮੋਸ ਹੈ ਨਾ। ਜਿਵੇਂ ਆਪਾਂ ਕਿਸੇ ਨੋਰਮਲ ਸਮਾਰਟ ਟੀਵੀ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਦੇਖੋ ਸੇਮ ਕੰਟੈਂਟ ਦੇਖੋ, ਇਕੱਲਾ ਆਪਾਂ ਨੂੰ ਜਿਹੜਾ ਅਵੇਲੇਬਲ ਹੈਗਾ ਉਹ ਹੈਗਾ ਗਾ ਹੌਟਸਟਾਰ। ਇੱਕ ਮਿੰਟ ਜੀ, ਹੌਟਸਟਾਰ ਆ ਗਿਆ, ਹੌਟਸਟਾਰ ਆ ਗਏ। ਆਪਾਂ ਇਹ ਸੇਮ ਮੂਵੀ ਦਿਖਾਵਾਂਗੇ, ਉੱਥੇ ਸਿਰਫ 4K 'ਤੇ ਅਵੇਲੇਬਲ ਆ, ਡੋਲਬੀ ਵਿਜ਼ਨ ਚੱਲ ਹੀ ਨਹੀਂ ਰਿਹਾ ਕਿਉਂਕਿ ਟੀਵੀ ਦਾ ਪੈਨਲ ਹੀ ਨਹੀਂ ਸਪੋਰਟ ਕਰ ਰਿਹਾ। ਜੀ ਜੀ, ਇਹ ਕਿਹੜਾ ਵਾ? ਇਹ ਵੀ ਸੋਨੀ ਦਾ ਹੀ ਆ, ਇਹ ਵੀ ਸੋਨੀ ਦਾ, ਇਹ 4K ਟੀਵੀ ਆ, ਇਹ 4K ਆ, ਉਹ ਉਤਲਾ ਵਾ, ਉਹ 4K ਡੋਲਬੀ ਵਿਜ਼ਨ ਡੋਲਬੀ ਐਟਮੋਸ, ਉਹ ਉਤਲਾ ਹੋ 80K ਵਾਲਾ ਆ ਗਿਆ, 80K ਵਾਲਾ ਆ ਗਿਆ, 75K ਵਾਲਾ ਆ ਗਿਆ। ਆਹ ਦੇਖੋ HDR 4K UHD, ਉਹ ਜਿਹੜਾ ਆ ਗਿਆ ਡੋਲਬੀ ਵਿਜ਼ਨ ਆ ਗਿਆ, ਡੋਲਬੀ ਐਟਮੋਸ ਆ ਗਿਆ, ਮਤਲਬ 4-5 ਆਪਸ਼ਨਾਂ ਉੱਤੇ ਆ ਗਈਆਂ। ਇਹ ਸਿਰਫ ਇੱਥੋਂ 4K ਤੇ ਰੁਕ ਗਿਆ, ਇਹ 4K ਤੇ ਰੁਕ ਗਿਆ ਹੈ। ਗੂਗਲ ਟੀਵੀ ਇਹ ਵੀ, ਉਹਦੇ ਵਿੱਚ ਆਪਸ਼ਨ ਬਹੁਤ ਜ਼ਿਆਦਾ, ਅੱਗੇ ਜਿਹੜਾ ਟ੍ਰੈਂਡ ਆਉਣਾ ਮੂਵੀਜ਼ ਰਿਲੀਜ਼ ਹੋਣੀਆਂ, ਜਿਹੜੇ ਵੀ ਮੂਵੀਜ਼ ਪਲੇਟਫਾਰਮ ਆ ਰਹੇ ਆ, ਉਹ ਸਾਰੇ ਡੋਲਬੀ ਵਿਜ਼ਨ ਅਤੇ ਡੋਲਬੀ ਐਟਮੋਸ ਦੇ ਆਉਣੇ ਆ। ਨੋਰਮਲ ਟੀਵੀ ਨੇ ਉਹ ਕੰਟੈਂਟ ਪਲੇ ਨਹੀਂ ਕਰਦਾ, ਪੈਸੇ ਤਾਂ ਆਪਾਂ ਜੇ ਉਹਦੇ ਵੀ ਇਹ 'ਤੇ ਵੀ ਹੌਟਸਟਾਰ ਚਲਾਇਆ, ਉਹ 'ਤੇ ਵੀ ਚਲਾਇਆ, ਮੰਨ ਲਓ ਪੈਸੇ ਤਾਂ ਆਪਾਂ ਉਹਨੇ ਵੀ ਦਿੱਤੇ ਨਾ ਪੈਕ ਦੇ, ਉਹੀ 1400-1500 ਰੁਪਏ ਇਹ 'ਤੇ ਪੇ ਕੀਤਾ, ਉਹੀ ਉਹ 'ਤੇ ਕੀਤਾ, ਪਰ ਉਹ 'ਤੇ ਆਪਾਂ ਉਹਦਾ ਕੰਟੈਂਟ ਪੂਰਾ ਦੇਖ ਰਹੇ ਹਾਂ, ਇਹ 'ਤੇ ਆਪਾਂ ਨੂੰ ਅਧੂਰਾ ਹੀ ਮਿਲ ਰਿਹਾ। 4K 'ਤੇ ਆ ਕੇ ਗੱਲ ਹੀ ਖੜ ਗਈ। ਮੈਨੂੰ ਆਉਂ ਲੱਗਦਾ ਵੀ ਤੁਹਾਡੇ ਸੋਨੀ ਵਾਲਿਆਂ ਨੇ ਸਿਨੇਮੇ ਖਤਮ ਕਰ ਦੇਣੇ। ਬਿਲਕੁਲ ਜੀ, ਬਿਲਕੁਲ, ਆਉਣ ਵਾਲਾ ਟ੍ਰੈਂਡ ਹੀ ਕਰੇ ਹੋਮ ਥੀਏਟਰ ਦਾ ਹੋਊਗਾ, ਕਰੇ ਹੀ ਹੋਮ ਥੀਏਟਰਸ ਬਣਨਗੇ, ਤੇ ਤਾਈਓ ਤੁਹਾਡੀ ਚੜਾਈ ਆ ਬਈ। ਮਤਲਬ ਗੱਲ ਇਹ ਆ, ਬਿਗ ਸਕਰੀਨਸ ਦਾ ਸਾਈਜ਼, ਵੱਡੇ ਟੀਵੀ ਲੱਗਣਗੇ ਜੀ, ਵੱਡੇ ਹੋਮ ਥੀਏਟਰਸ ਲੱਗਣਗੇ, ਥੀਏਟਰਸ ਦਾ ਟ੍ਰੈਂਡ ਘਟ ਰਿਹਾ, ਕਈ ਵੱਡੇ ਬੈਨਰ ਦੀਆਂ ਮੂਵੀਜ਼ ਹੁਣ ਫਲੌਪ ਹੋ ਗਈਆਂ ਨੇ ਪਿੱਛੇ, ਉਹ ਇਸੇ ਕਰਕੇ ਹੋਈਆਂ, OTT ਚੈਨਲਸ ਚੱਲ ਰਹੇ ਨੇ। ਇਹ ਸਾਰਾ ਕਰੋਨਾ ਦੇ ਵਿੱਚ ਇਹ ਡਿਫਰੈਂਸ ਆਇਆ, ਲੋਕਾਂ ਨੂੰ ਘਰੇ ਬੈਠ ਕੇ ਦੇਖਣ ਦਾ ਟੀਵੀ ਔਰ ਇੰਨਾ ਕੰਟੈਂਟ ਦੇਖਣ ਦਾ ਮੌਕਾ ਮਿਲਿਆ, ਤਾਂ ਹੁਣ ਸਾਰਾ ਇਹ ਵਾਲਾ ਟ੍ਰੈਂਡ ਜਿਹੜਾ ਅੱਗੇ ਫਾਰਵਰਡ ਹੋ ਰਿਹਾ, ਅਤੇ ਵੱਡੀਆਂ ਸਕਰੀਨਸ ਲੱਗਣਗੀਆਂ,
होम थिएटर्स लगनगे। ये ट्रेंड होम थिएटर्स का ही बनना जी, सिनेमाया दे विच मूवी वेखन बहुत घट लोग जाणगे। ते बाकी थोड़ी हाईयां स्लाइडां जिहड़ियां म्यूजिक सिस्टम लग जाना, म्यूजिक सिस्टम तो थोड़ा पहले ही बहुत तकड़ा सीगा। साउंड बार्स होम थिएटर्स आ रहे ने जी, एक टॉप एंड मॉडल है जी साडा। ये भी कहिंदे बुक कराउणे पैंदे आ, ये बुक ये सारा कुछ बुक होके मिलदा जी। प्राइस ज्यादा बट कस्टमर दी अफोर्डेबिलिटी दे हिसाब नाल ये 20,000 तो शुरू होके 2,00,000 तक हैगे जी। लो भी 20 तो शुरू होके 2,00,000 तक। एक भाजी मोटी जी दसदे सीगे सर बैठे पहला ਵੀ ਕਿਸ਼ਤਾਂ ਕੁਸ਼ਤਾਂ ਦਾ ਸਿਸਟਮ ਵੀ ਹੁੰਦਾ? ਕਿਸ਼ਤਾਂ ਜੀ ਅੱਜ ਕੱਲ੍ਹ ਬਹੁਤ ਸੌਖਾ ਹੋ ਗਿਆ, ਹਰ ਬੰਦੇ ਕੋਲ ਕ੍ਰੈਡਿਟ ਕਾਰਡ ਆ, ਬਜਾਜ ਫਾਈਨਾਂਸ ਹੈਗਾ, ਹੋਰ ਵੀ ਆਪਸ਼ਨ ਹੈਗੇ ਜਿਵੇਂ IDFC ਫਾਈਨਾਂਸ ਆ, ਜਿਵੇਂ 32 ਇੰਚ ਦਾ TV ਹਰ ਬੰਦਾ ਲੈ ਸਕਦਾ ਸਿਰਫ 1,024 ਰੁਪਏ ਮਹੀਨੇ 'ਚ। 1,024 ਰੁਪਏ ਤੁਹਾਨੂੰ ਦੇਈ ਚੱਲ ਗਏ ਅਤੇ TV ਲੈ ਜਾਓ, TV ਲੈ ਜਾਓ। ਇਹ ਫਿਰ 43 ਇੰਚ ਦੇ ਵਿੱਚ ਸਿਰਫ 1,850 ਰੁਪਏ ਦੇਣੇ ਆਪਾਂ ਪਰ ਮੰਥ TV ਘਰੇ ਲੈ। ਇਹ 43 ਇੰਚ ਵਾਲਾ ਗਿਆ, 43 ਇੰਚ ਆ ਗਿਆ, ਸਿਰਫ 1,850 ਰੁਪਏ ਦੇ ਵਿੱਚ ਦੇ ਕੇ ਆਪਾਂ TV ਲਿਆ ਸਕਦੇ। ਆਪਣੇ ਹੁਣ ਵੱਡੇ ਤੋਂ ਵੱਡਾ ਲਾਰਜੈਸਟ ਕਿਹੜਾ ਵਾ ਤੁਹਾਡੇ ਕੋਲ ਸਕਰੀਨ? ਅਤੇ ਆਹ ਵੀ ਇੱਧਰ ਆ ਗਈਆਂ, ਆਹ ਇਹ 55 ਇੰਚ ਆ ਗਿਆ ਜੀ ਸੈਗਮੈਂਟ ਸਾਰਾ। ਇਹਦੇ ਵਿੱਚ ਵੀ ਬਹੁਤ ਵਧੀਆ ਆਪਸ਼ਨ ਆ, ਇਹਦੇ ਵਿੱਚ 2,995 ਰੁਪਏ ਦੇ ਕੇ ਆਪਾਂ 55 ਇੰਚ ਦਾ TV ਘਰੇ ਲਿਆ ਸਕਦੇ ਹਾਂਗੇ। ਇੱਕ ਵਾਰ ਜੀ ਗੱਲ ਹੋਰ ਦੱਸ ਦਿਓ, ਇੱਕ ਲਿਖਿਆ ਵੀ ਕੈਸ਼ਬੈਕ ਵਗੈਰਾ ਕੁਛ ਆਫਰਸ ਵਗੈਰਾ ਵੀ ਹੈਗੀਆਂ? ਕੈਸ਼ਬੈਕ ਜਿਵੇਂ ਆਪਣੇ ਕੋਲ ਬਜਾਜ ਦੇ ਉੱਪਰ ਆਪਸ਼ਨ ਚੱਲਦੇ ਆ, ਉਹਦੇ ਵਿੱਚ ਜਿਹੜਾ ਆਪਣਾ ਹੋ ਜਾਂਦਾ 1 ਕਿਸ਼ਤ ਰਿਟਰਨ ਹੋ ਜਾਂਦੀ ਹੈਗੀ, ਆਪਾਂ ਨੂੰ ਵਾਪਸ ਦੇ ਦਿੰਦਾ ਬਜਾਜ ਟੋਟਲ ਜਿੰਨੀਆਂ ਕਿਸ਼ਤਾਂ ਬਣ ਗਈਆਂ ਉਹ ਤਾਂ ਬਣ ਗਈਆਂ, 1 ਕਿਸ਼ਤ ਵੀ ਵਾਪਸ ਆ ਜੂ, ਇਹ ਵੀ ਫਾਇਦਾ। ਫਿਰ ਜੇ ਕ੍ਰੈਡਿਟ ਕਾਰਡ ਆਪਾਂ ਨੂੰ ਕੈਸ਼ਬੈਕ ਆ ਗਿਆ ਨਾਲ ਦੀ ਨਾਲ, ਕੈਸ਼ਬੈਕ ਇਹ ਨਹੀਂ ਹੈਗਾ ਵੀ 90 ਦਿਨ ਜਾਂ 120 ਦਿਨ ਵੇਟ ਕਰਾਂਗੇ ਫਿਰ ਆਊਗਾ ਆਪਾਂ ਨੂੰ, ਇੱਥੇ ਆਪਾਂ ਨੂੰ ਕੈਸ਼ਬੈਕ ਨਾਲ ਦੀ ਨਾਲ ਹੀ ਮਿਲ ਜਾਣਾ। ਜਦੋਂ ਕਾਰਡ ਸਵੈਪ ਕੀਤਾ ਜਿੰਨੀ ਪੇਮੈਂਟ ਆਪਾਂ ਕੱਟ ਉਹਦੀ ਕੱਟਣੀ ਆ, ਆਪਾਂ ਅਮਾਊਂਟ ਕੱਟਣੀ ਆ ਉਹ ਕੱਟ ਕੇ ਜਿਹੜੀ ਪਿੱਛੇ ਬਚ ਗਈ ਉਹਦੀਆਂ ਕਿਸ਼ਤਾਂ ਬਣਾਵਾਂਗੇ ਆਪਾਂ, ਪੂਰੀ ਦੀਆਂ ਨਹੀਂ ਬਣਾਵਾਂਗੇ, ਵੀ ਉਹ ਬਾਅਦ 'ਚ ਵੇਟ ਕਰੀ ਚੱਲਾਂਗੇ, ਕੋਈ ਇੰਟਰਸਟ ਨਹੀਂ ਲੱਗਣਾ ਕੋਈ ਵਿਆਜ ਨਹੀਂ। ਮਤਲਬ ਆਮ ਬੰਦੇ ਦੀ ਪਹੁੰਚ ਹੈਗਾ ਭਾਈ, ਆਟੋਮੈਟਿਕ ਹੈਗਾ ਨਾ, ਬਹੁਤ ਵਧੀਆ, ਬਹੁਤ ਵਧੀਆ ਕੰਪੀਟੀਸ਼ਨ ਵੀ ਬਹੁਤ ਆ, ਰੇਟਾਂ ਦੇ ਮਸਲੇ ਤੇ ਕੁਆਲਿਟੀ ਤੇ ਥੋੜਾ ਮੇਰੇ ਨਾਲ ਮੁਕਾਬਲਾ ਹੈ ਨਹੀਂ। ਮੈਂ ਦੂਜੀ ਗੱਲ ਆ ਗਈ ਬਾਈ ਜੀ, ਕਿਸ਼ਤਾਂ ਵੀ ਹੋ ਗਈਆਂ, ਇਹ 'ਚ ਗਰੰਟੀ ਵਾਰੰਟੀ ਵੀ ਕੋਈ? ਵਾਰੰਟੀ ਬਹੁਤ ਵਧੀਆ ਆਈ ਹੋਈ ਹੈ ਜੀ ਇਹਦੇ ਉੱਪਰ। ਹੁਣ ਪਹਿਲਾਂ ਜਿਹੜੀ ਵਾਰੰਟੀ ਆ ਰਹੀ ਸੀਗੀ 2 ਸਾਲ ਆ ਰਹੀ ਸੀ, ਹੁਣ ਦੀਵਾਲੀ ਦਾ ਸੀਜ਼ਨ ਆ ਗਿਆ, ਵਾਰੰਟੀ 3 ਸਾਲ ਹੋ ਗਈ, 1 ਸਾਲ ਕੰਪਲੀਟ, 2 ਸਾਲ ਪੈਨਲ ਦੀ ਆ ਰਹੀ ਆ। ਜੇ ਜਿਹੜੇ ਆਪਣੇ ਥੋੜ੍ਹੇ ਜਿਹੇ ਹਾਈ ਐਂਡ ਪੈਨਲ ਆ ਉਹ 'ਤੇ 3 ਸਾਲ ਕੰਪਲੀਟ ਵਾਰੰਟੀ ਆਈ ਹੋਈ ਹੈਗੀ ਜੀ। ਅਤੇ ਆਪਾਂ ਚੱਲੀਏ ਦੇਖੀਏ ਅੱਗੇ ਨੂੰ, ਫਿਰ ਵੱਧਦਾ ਤੁਰੇ ਜਾਂਦੇ ਹਾਂ। ਦੇਖੋ ਵੀ ਦਰਸ਼ਕੋ, ਭਰੀਆਂ ਪਈਆਂ ਸਕਰੀਨਾਂ ਵਗੈਰਾ, ਆਹ ਕੀ ਰੱਖੇ ਬੈਠੇ ਹੋ ਥੱਲੇ ਵੀ ਡੱਬੇ? ਸਰ ਆਫਰ ਲਾਏ ਹੋਏ ਆਪਾਂ ਸਾਰੇ, ਆਫਰਸ ਨਹੀਂ, ਅੱਛਾ ਆਫਰਸ ਲੱਗੇ ਹੋਏ ਆ ਜਿਹੜੇ ਆਪਣੇ ਚੱਲ ਰਹੇ ਆ। ਠੀਕ ਆ, ਬਾਕੀ ਡਿਟੇਲ ਜਾਣਕਾਰੀ ਸੁਦਰਸ਼ਕੋ ਤੁਹਾਨੂੰ ਇੱਥੇ ਆ ਕੇ ਪਤਾ ਲੱਗਣਾ, ਫੀਲ ਕੀ ਆ ਤੁਹਾਨੂੰ ਨਾ ਫੀਲ ਕਰਾ ਕੇ ਤੋਰਨਗੇ ਵੀ ਜਿਵੇਂ ਸਿਨੇਮਾ ਤੁਸੀਂ ਘਰੇ ਹੀ ਲੈ ਜਾਣਾ, ਸਮਝ ਲਓ MBD ਮਾਲ ਤੁਸੀਂ ਘਰੇ ਹੀ ਬਣ ਜਾਣਾ। ਦੇਖੋ ਲੈ ਇਧਰਲੇ ਪਾਸੇ ਆ ਗਏ, ਹਾਂਜੀ ਆ ਜੀ, ਆਹ ਵਾਲੀਆਂ ਵੱਡੀਆਂ, ਇਹ TV ਦੀ ਨਵੀਂ ਟੈਕਨੋਲੋਜੀ ਆ ਗਈ OLED ਜੀ। ਇਹਦਾ ਬੈਨੀਫਿਟ ਕੀ ਆ, ਇਹਦੇ ਪਿੱਛੇ ਕੋਈ ਬੈਕਲਾਈਟ ਨਹੀਂ ਲੱਗੀ, ਸੈਲਫ ਲਾਈਟ ਸਕਰੀਨ ਆ ਇਹਦੀ, ਜਿੰਨੇ ਪਿਕਸਲਾਂ ਖੁਦ ਪਿਕਸਲ ਸਪੋਰਟ ਕਰ ਰਹੇ ਆ, ਉਹਨੂੰ ਪਿਕਸਲ ਬਣਾ ਰਹੇ ਆ ਪਿਕਚਰ ਨੂੰ ਜੀ, ਸਭ ਤੋਂ ਬੈਟਰ ਪਿਕਚਰ ਕੁਆਲਿਟੀ ਆ ਗਈ। ਫਿਰ ਜਿਹੜੀ ਸਾਊਂਡ ਆਊ ਡਾਇਰੈਕਟ ਸਕਰੀਨ 'ਚੋਂ ਆਊ, ਜਿਹੜੀ ਸਪੀਕਰ ਨਹੀਂ, ਅੱਛਾ ਜਿਹੜੀ ਆਵਾਜ਼ ਆਉਣੀ ਆ ਉਹਦੇ ਵਿੱਚੋਂ ਆਉਣੀ, ਸਪੀਕਰ ਨਹੀਂ ਕੋਈ ਲੱਗਿਆ? ਸਪੀਕਰ ਨਹੀਂ ਲੱਗਿਆ, ਤੁਸੀਂ ਦੇਖੋ TV ਦੇ ਨੀਚੇ ਆ ਕੇ ਇੱਧਰ ਨੇੜੇ ਕਰਕੇ ਦੇਖੋ ਜੀ, ਕੋਈ ਸਪੀਕਰ ਨਹੀਂ, ਨੋਰਮਲੀ TV ਦੇ ਥੱਲੇ ਸਪੀਕਰ ਲੱਗਿਆ ਹੁੰਦਾ, ਕੋਈ ਸਪੀਕਰ ਨਹੀਂ ਲੱਗਿਆ, ਜਿਹੜੀ ਸਾਊਂਡ ਆਉਣੀ ਆ ਡਾਇਰੈਕਟ ਸਕਰੀਨ 'ਚੋਂ ਆਉਣੀ ਆ ਜੀ। ਇੱਕ ਇਹ ਵੀ ਰਿਮੋਟ 'ਚ ਵੀ ਨਹੀਂ ਬੋਲਣ ਦੀ ਪੈਂਦੀ, ਉਹੀ ਹਾਕਾ ਮਾਰ ਲਓ ਤੇ ਚੱਲ ਪੈਂਦਾ, TV ਨੂੰ ਬੋਲੋ ਕੁਛ ਵੀ ਆਪਾਂ ਸਰਚ ਕਰਨਾ ਜਾਵੇ, ਓਕੇ ਗੂਗਲ ਟੂਡੇ ਵੈਦਰ ਇਨ ਬਠਿੰਡਾ, ਜਿਵੇਂ ਆਪਣਾ ਵੈਦਰ ਪੁੱਛਣਾ ਆਪਾਂ ਉਹਨੂੰ ਬੋਲਤਾ ਤੇ ਨਾਲ ਦੀ ਨਾਲ ਉਹਨੇ ਬਿਨਾਂ ਆਪਣੇ ਆਪਸ ਤੋਂ ਰਿਮੋਟ ਤੋਂ ਸਰਚ ਕਰਤਾ। ਅੱਛਾ ਰਿਮੋਟ ਤੋਂ ਬਿਨਾਂ ਹੀ? ਬਿਨਾਂ ਹੀ। ਓਕੇ ਗੂਗਲ ਪਲੇ ਸਿੱਧੂ ਮੂਸੇਵਾਲਾ ਸੌਂਗ ਔਨ YouTube। ਲਓ ਅੱਛਾ YouTube ਤੋਂ ਚੱਕ ਲਿਆ, YouTube ਤੋਂ ਚੱਕ ਲਿਆ, ਸਿੱਧਾ ਉੱਥੇ ਹੀ ਪਲੇ ਹੋ ਗਿਆ ਇਹ, ਆਪਾਂ ਨੂੰ ਰਿਮੋਟ ਚੱਕਣ ਦੀ ਜ਼ਰੂਰਤ ਵੀ ਨਹੀਂ, ਸਿੱਧਾ ਵੌਇਸ ਕਮਾਂਡ ਦਿਓ TV ਨੂੰ, TV ਨੇ ਪਲੇ ਕਰ ਦੇਣਾ ਹੈਗਾ। ਇੱਕ ਵੀਰ ਜੀ ਤੁਸੀਂ ਦੱਸਦੇ ਸੀ ਵੀ ਜੇ ਤਾਂ ਬੰਦਾ ਮੂਹਰੇ ਬੈਠਾ ਦੇਖੀ ਜਾਂਦਾ ਤੇ ਨਹੀਂ ਚੱਲਣਾ, ਜੇ ਪਤਾ ਵੀ ਬੰਦਾ ਚਲੇ ਗਿਆ ਤੇ ਇਹਨੇ ਬੰਦ ਹੋ ਜਾਣਾ, ਇਹ ਸਿਆਣਾ। ਉਹ ਆਹ ਕੈਮਰਾ ਆ ਗਿਆ ਜੀ, ਇਹ ਕੈਮਰੇ ਆ ਰਹੇ ਆ, ਉਹਨਾਂ ਸੋਨੀ ਦੇ TV ਦੇ ਨਾਲ ਸਪੋਰਟ ਕਰਨਗੇ ਸਾਰੇ TVਾਂ ਨਾਲ, ਆਪਣੇ ਜਿਵੇਂ 80K ਸੀਰੀਜ਼ ਤੋਂ ਲੈ ਕੇ ਜਿਹੜੇ ਉੱਪਰ ਦੇ ਮਾਡਲ ਆ ਗਏ ਸਾਰਿਆਂ ਨਾਲ ਕੈਮਰਾ ਆ। ਇਹ ਕੈਮਰਾ ਕੰਮ ਕਰੇਗਾ, ਫਸਟ ਕੰਮ ਕਰੇਗਾ ਇਹ ਜਿਹੜਾ ਆਪਣਾ ਜੈਸਚਰ ਕੰਟਰੋਲ ਸਪੋਰਟ ਕਰੇਗਾ, ਜਿਵੇਂ ਆਪਾਂ ਹੱਥ ਲਾਇਆ, ਆਵਾਜ਼ ਘੱਟ ਕਰ ਲਈ, ਵੱਧ ਕਰ ਲਈ, ਚੈਨਲ ਚੇਂਜ ਕਰ ਲਿਆ, ਆਪਣੇ ਹੱਥ ਦੀ ਉਸ ਨਾਲ ਜੈਸਚਰ ਦੇ ਨਾਲ ਚੱਲਣਾ ਹੈ TV, ਇਸ਼ਾਰਿਆਂ ਨਾਲ, ਇਸ਼ਾਰਿਆਂ ਨਾਲ TV ਚੱਲੂਗਾ ਆਪਣਾ। ਫਿਰ ਵੀਡੀਓ ਚੈਟ ਹੋ ਜਾਂਦੀ ਹੈ ਆਪਣੀ, ਕੋਈ ਵੀਡੀਓ ਕਾਲ ਕਰਨੀ ਹੈ ਆਪਾਂ ਉਹਨੂੰ ਇਹ ਸਪੋਰਟ ਕਰੇਗਾ ਜੀ। ਫਿਰ TV ਦੇ ਆਪਾਂ ਸਾਹਮਣੇ ਬੈਠੇ ਹਾਂ ਤਾਂ TV ਦੇਖ ਰਹੇ ਹਾਂ ਤਾਂ TV ਕੀ ਆ ਚੱਲਦਾ ਰਹੂਗਾ,
ਜਦੋਂ ਆਪਾਂ ਟੀਵੀ ਦੇ ਸਾਹਮਣੇ ਉੱਠ ਕੇ ਟੀਵੀ ਦੇ ਸਾਹਮਣੇ ਕੋਈ ਨਹੀਂ ਹੈਗਾ ਤਾਂ ਟੀਵੀ ਆਟੋ ਮੋਡ 'ਚ ਪਾਵਰ ਸੇਵਿੰਗ ਮੋਡ 'ਤੇ ਚਲਾ ਜਾਊਗਾ ਵੀ ਟੀਵੀ ਦੇ ਸਾਹਮਣੇ ਕੋਈ ਟੀਵੀ ਨੂੰ ਦੇਖ ਹੀ ਨਹੀਂ ਰਿਹਾ ਵੀ ਮੈਂ ਇਕੱਲੇ ਚੱਲੀ ਇਕੱਲੇ ਚੱਲੀ ਨਾ ਤਾਂ ਉਹਨੇ ਪਾਵਰ ਸੇਵਿੰਗ ਮੋਡ 'ਤੇ ਚਲਾ ਜਾਣਾ ਆਹ ਬੜੀ ਸਿਆਣੀ ਗੱਲ ਕੀਤੀ ਵੀ ਇਹ ਤਾਂ ਬੰਦੇ ਵੀ ਨਹੀਂ ਗੱਲ ਮੰਨਦੇ ਬੰਦੇ ਨੂੰ ਵੀ ਕਹਿਣਾ ਪੈਂਦਾ ਵੀ ਬੱਲਬ ਬੰਦ ਕਰ ਦਿਓ ਜਾਂਦਾ ਹੋਇਆ ਹਾਂ ਇਹ ਉਹ ਫਿਰ ਚੌਥੀ ਚੀਜ਼ ਘਰੇ ਬੱਚੇ ਹੁੰਦੇ ਆਪਣੇ ਅੱਖੀਂ ਲਾਦੇ ਟੀਵੀ ਦੇ ਨੇੜੇ ਆ ਜਾਂਦੇ ਹੈਗੇ ਤਾਂ ਟੀਵੀ ਉਹ ਤੋਂ ਵੀ ਅਲਰਟ ਕਰ ਦਿੰਦਾ ਪ੍ਰੋਕਸੀਮਿਟੀ ਸੈਂਸਰ ਦਿੱਤਾ ਹੋਇਆ ਟੀਵੀ ਜੇ ਬੱਚਾ ਜ਼ਿਆਦਾ ਨਜ਼ਦੀਕ ਆਏਗਾ ਤਾਂ ਉਹ ਤੋਂ ਵੀ ਅਲਰਟ ਕਰ ਦਿੰਦਾ ਦੂਰ ਹਟ ਕੇ ਬਹਿ ਜਾ ਦੂਰ ਹਟ ਕੇ ਬਹਿ ਜਾ ਜਵਾਕੋ ਨੋਟ ਕਰ ਲਿਓ ਗੱਲ ਵੀ ਟੀਵੀ ਚਪੇੜ ਵੀ ਮਾਰਦਾ ਦੂਰ ਹੋ ਕੇ ਬਹਿਣਾ ਅੱਛਾ ਹਾਂ ਤੇ ਇਹ ਕੋਈ ਇੱਕ ਲਾਈਟਿੰਗ ਮਤਲਬ ਜੇ ਤੁਸੀਂ ਚਾਨਣ ਚ ਜ਼ਿਆਦਾ ਜਿਵੇਂ ਹੁਣ ਚਾਨਣ ਤਾਂ ਉਹਦੀ ਲਾਈਟਿੰਗ ਉਹਦੇ ਆਪਣੇ ਉਹੀ ਪਾਰਟ ਉਹ ਪ੍ਰੋਕਸੀਮਿਟੀ ਸੈਂਸਰ ਆ ਗਿਆ ਐਂਬੀਐਂਟ ਮੂਡ ਆ ਗਿਆ ਤਾਂ ਆਪਣੇ ਕੀ ਆ ਇਨਵਾਇਰਮੈਂਟ ਦੇ ਅਕੋਰਡਿੰਗ ਜੇ ਕੋਈ ਜ਼ਿਆਦਾ ਲਾਈਟ ਆ ਰਹੀ ਹੈ ਤਾਂ ਟੀਵੀ ਬ੍ਰਾਈਟ ਹੋ ਜਾਏਗਾ ਤੇ ਜੇ ਇੱਕ ਲੋਅ ਲਾਈਟ ਆ ਰਹੀ ਆ ਤਾਂ ਟੀਵੀ ਕੀ ਆ ਆਪਣੇ ਆਪ ਬ੍ਰਾਈਟਨੈਸ ਆਪਣੀ ਲੋਅ ਕਰ ਲਏਗਾ ਉਹ ਆਪਾਂ ਨੂੰ ਐਡਜਸਟ ਕਰਨ ਦੀ ਲੋੜ ਨਹੀਂ ਵਾਰ ਵਾਰ ਮੋਡ ਦੋ ਇੱਕ ਵੀ ਇੱਕ ਕੀ ਸਾਈਜ਼ ਕੀ ਹੈ ਇਹਦਾ ਇਹ 65 ਇੰਚ ਆ ਇਹ ਅੱਛਾ ਇਹ ਇਹਦੇ ਲਾਉਣ ਦੇ ਲਈ ਕਿ ਨਾਲ ਸਾਨੂੰ ਐਕਸਟਰਾ ਜ਼ਿਆਦਾ ਕੁਆਲਿਟੀ ਹਾਈ ਕੁਆਲਿਟੀ ਮਿਊਜ਼ਿਕ ਜਾਂ ਸਿਸਟਮ ਮਿਊਜ਼ਿਕ ਸਿਸਟਮ ਲਾਉਣ ਦੇ ਲਈ ਸਾਨੂੰ ਐਕਸਟਰਾ ਲੈਣੇ ਪੈਣਗੇ ਉਹ ਜਾਂ ਇਹ ਚੀਜ਼ ਸਰ ਸਕਦਾ ਜੇ ਜਿਹੜੇ ਟੀਵੀ ਆਪਾਂ ਚਲਾ ਰਹੇ ਹਾਂ ਚਾਹੇ ਕੋਈ ਟੀਵੀ ਚੈਨਲ ਚਲਾ ਰਹੇ ਹਾਂ ਅੱਜ ਕੱਲ੍ਹ ਨੈੱਟਫਲਿਕਸ ਐਮਾਜ਼ੋਨ ਆਪਾਂ ਹਰ ਇੱਕ ਚੀਜ਼ ਚਲਾ ਰਹੇ ਹਾਂ ਤਾਂ ਜਿਹੜਾ ਟੀਵੀ ਦਾ ਪ੍ਰੋਸੈਸਰ ਆ ਨਾ ਉਹ ਦਿੱਤਾ ਹੋਇਆ ਐਕਸਆਰ ਪ੍ਰੋਸੈਸਰ ਕੋਗਨੇਟਿਵ ਪ੍ਰੋਸੈਸਰ ਇਹ ਪਹਿਲਾ ਟੀਵੀ ਹੈ ਜਿਹਦੇ ਵਿੱਚ ਐਕਸਆਰ ਕੋਗਨੇਟਿਵ ਪ੍ਰੋਸੈਸਰ ਦਿੱਤਾ ਜਿਹੜਾ ਪਿਕਚਰ ਅਤੇ ਸਾਊਂਡ ਦੋਨਾਂ ਦੇ ਉੱਪਰ ਵਰਕ ਕਰਦਾ ਹੈਗਾ ਜੀ ਹੁਣ ਟੀਵੀ ਵਿੱਚ ਆਪਣੇ ਕੋਲ ਹੋਰ ਵੀ ਟੀਵੀ ਆਉਂਦੇ ਆ ਤਾਂ ਉਹਦੇ ਵਿੱਚ ਕੀ ਹੁੰਦਾ ਗਾ ਉਹਦੇ ਵਿੱਚ ਜਿਹੜਾ ਆਪਾਂ ਟੀਵੀ ਨੂੰ ਸਿਗਨਲ ਦਿੱਤਾ ਉਹਦੇ ਵਿੱਚ AI ਦਿੱਤਾ ਹੁੰਦਾ ਆਰਟੀਫਿਸ਼ਲ ਇੰਟੈਲੀਜੈਂਸ ਦਿੱਤਾ ਹੁੰਦਾ ਉਹ ਟੀਵੀ ਨੂੰ ਸਿਗਨਲ ਨੂੰ ਪਹਿਲਾਂ ਹੀ ਜੱਜ ਕਰ ਲੈਂਦਾ ਇੰਨੀ ਆਪਾਂ ਇਹਦੀ ਪਿਕਚਰ ਰੱਖਣੀ ਹੈ ਇੰਨੀ ਇਹਦੀ ਕੁਆਲਿਟੀ ਇੰਨੀ ਅਪਸਕੇਲਿੰਗ ਕਰਨਾ ਇੰਨਾ ਹੀ ਕਲਰ ਇੰਨਾ ਹੀ ਮੋਸ਼ਨ ਉਹ ਪਹਿਲਾਂ ਜੱਜ ਕਰੀ ਬੈਠਾ ਤੋ ਵੀ ਆਪਾਂ ਇੰਨਾ ਹੀ ਕਰਨਾ ਇਹ ਤੋਂ ਵੱਧ ਨਹੀਂ ਕਰਨਾ ਜੀ ਤਾਂ ਫਿਰ ਐਕਸਆਰ ਕੋਗਨੇਟਿਵ ਦਾ ਫਾਇਦਾ ਕੀ ਆ ਇਹ ਪਹਿਲਾਂ ਆਪਣੇ ਦਿਮਾਗ ਦੀ ਤਰ੍ਹਾਂ ਸੋਚਦਾ ਵੀ ਆਪਾਂ ਕਿੱਦਾਂ ਦਾ ਇਨਸਾਨੀ ਦਿਮਾਗ ਪਿਕਚਰ ਦੇਖਣੀ ਪਸੰਦ ਕਰਦਾ ਗਾ ਉਹਦਾ ਕਿੰਨਾ ਕਲਰ ਹੋਣਾ ਚਾਹੀਦਾ ਕਿੰਨਾ ਕੰਟਰਾਸਟ ਹੋਣਾ ਚਾਹੀਦਾ ਕਿੰਨਾ ਮੋਸ਼ਨ ਹੋਣਾ ਚਾਹੀਦਾ ਤਾਂ ਉਹਨੂੰ ਇਹ ਕੀ ਹੈਗਾ ਅਪਸਕੇਲਿੰਗ ਕਰ ਦਿੰਦਾ ਉੱਥੋਂ ਤੱਕ ਜਿੱਥੋਂ ਤੱਕ ਆਪਣਾ ਦਿਮਾਗ ਦੇਖਣਾ ਚਾਹੁੰਦਾ ਗਾ ਜੋਤਿਸ਼ੀਆ ਤੋਂ ਵੀ ਪਰੇ ਦੀ ਗੱਲ ਹੋ ਗਈ ਬਾਈ ਕੁੱਲ ਮਿਲਾ ਕੇ ਹਨਾ ਫਿਰ ਇਹਨੂੰ ਜੋ ਸਾਊਂਡ ਦੇਵੋਗੇ ਤੁਸੀਂ ਚਾਹੇ ਇਹਨੂੰ 2.1 ਚੈਨਲ ਸਾਊਂਡ ਦੇ ਦਿਓ ਉਹਨੂੰ ਇਹ ਅਪਸਕੇਲਿੰਗ ਕਰਕੇ 5.1.2 ਤੇ ਲੈ ਜਾਏਗਾ ਤਾਂ 3D ਸਾਊਂਡ ਕ੍ਰੀਏਟ ਕਰ ਦਿੰਦਾ ਟੀਵੀ ਬੇਸਿਕਲੀ ਬਾਈ ਜੀ ਗੱਲ ਇਹ ਹੈ ਕਿ ਇਹ ਜਿਹੜਾ ਕੰਟੈਂਟ ਆ ਰਿਹਾ ਸਿਗਨਲ ਆ ਰਿਹਾ ਉਹਨੂੰ ਅਪਗ੍ਰੇਡ ਕਰਦਾ ਆਪਣੇ ਆਪ ਚਾਹੇ ਸਾਊਂਡ ਹੈ ਚਾਹੇ ਪਿਕਚਰ ਹੈ ਜੀ ਉਹਨੂੰ ਅੱਛਾ ਬਣਾਉਣ ਦੇ ਲਈ ਇਹਦੇ ਵਿੱਚ ਪ੍ਰੋਸੈਸਰ ਲੱਗੇ ਬੈਸਟ ਆਫ ਦੀ ਬੈਸਟ ਕਰਦਾ ਸਭ ਤੋਂ ਬੈਸਟ ਪ੍ਰੋਸੈਸਰ ਹੈ ਆਪਣੀ ਕੈਟੇਗਰੀ ਦੇ ਵਿੱਚ ਜੀ ਇਹ ਆਪਣੀ ਕੈਟੇਗਰੀ ਦੇ ਵਿੱਚ ਆਲ ਟੀਵੀਸ ਪੁੱਟ ਟੂਗੇਦਰ ਸਾਰੇ ਬ੍ਰਾਂਡ ਦੇ ਬੈਸਟ ਟੀਵੀ ਹੈ ਇਹਦੇ ਮੁਕਾਬਲੇ 'ਚ ਹੈ ਨਹੀਂ ਕੋਈ ਇਹ ਜਿਹੜੀ ਸੋਨੀ ਆ ਇੰਡੀਆ 'ਚ ਆਇਆ ਨੂੰ ਮੈਂ ਕਹਿੰਦਾ 25-26 ਸਾਲ ਹੋਏ ਆ 26 ਹੋ ਗਏ ਸਕਸੈਸਫੁਲ 26 ਸਾਲ ਹੋ ਗਏ ਜੀ ਚੰਗੀ ਗੱਲ ਤੇ ਆਪਾਂ ਵੀ ਹੋਰ ਵੀ ਗੱਲਾਂ ਕਰੀਏ ਹੋਰ ਆਪਾਂ ਦੇਖੋ ਇਹਦੇ ਵਿੱਚ ਜਿਹੜਾ ਮਿਲ ਰਿਹਾ ਐਕਸਟਰਾ ਆਪਾਂ ਨੂੰ ਜਿਵੇਂ ਆਪਾਂ ਤੁਹਾਨੂੰ ਮੈਂ ਦਿਖਾਇਆ ਟੀਵੀ 'ਚ ਡੋਲਬੀ ਵਿਜ਼ਨ ਆ ਰਿਹਾ ਡੋਲਬੀ ਐਟਮੋਸ ਆ ਰਿਹਾ ਤਾਂ ਸੋਨੀ ਦਾ ਇੱਕ ਪਲੇਟਫਾਰਮ ਆ ਰਿਹਾ ਬਰਾਵੀਆ ਕੋਰ ਜਿਹੜਾ ਆਪਾਂ ਨੂੰ ਪਹਿਲਾਂ ਥੀਏਟਰ ਮਿਲਦੇ ਸੀ USA ਦੇ ਵਿੱਚ ਮਿਲਦੇ ਸੀ IMAX ਥੀਏਟਰ ਜੀ ਤਾਂ ਉਹਦਾ ਸੇਮ ਐਕਸਪੀਰੀਅੰਸ ਆਪਾਂ ਟੀਵੀ ਦੇ ਉੱਪਰ ਕਰ ਸਕਦੇ ਹਾਂ ਆਪਣੇ ਕੋਲ ਬਹੁਤ ਸਾਰਾ ਕੰਟੈਂਟ ਅਵੇਲੇਬਲ ਆ ਜੀ ਸੋਨੀ 1 ਸਾਲ ਲਈ ਆਪਾਂ ਨੂੰ ਫ੍ਰੀ ਦੇ ਰਿਹਾ ਹੈਗਾ 5 ਕ੍ਰੈਡਿਟ ਦੇ ਰਿਹਾ ਆ ਬਾਰਵੀਆ ਲਿਖਿਆ ਹੈ ਨਾ ਹਾਂਜੀ ਆ ਬਰਾਵੀਆ ਕੋਰ ਲਿਖਿਆ ਹੋਇਆ ਤੁਸੀਂ ਦੇਖੋ ਠੀਕ ਆ ਇਹ ਬਰਾਵੀਆ ਕੋਰ ਇਹਦੇ ਵਿੱਚ ਆਪਾਂ ਨੂੰ ਮਿਲਿਆ ਪਲੇਟਫਾਰਮ ਹੁਣ ਜਿੰਨੀਆਂ ਮੂਵੀਜ਼ ਰਿਲੀਜ਼ ਹੋ ਰਹੀਆਂ ਸਾਰੀਆਂ ਜਾਂ ਸੋਨੀ ਕਰੇਗਾ ਉਹ ਸਾਰੀਆਂ IMAX ਦੇ ਵਿੱਚ ਹੋਣੀਆਂ ਜਿਹਦਾ ਨਾਰਮਲ ਟੀਵੀ ਦੇ ਵੱਸ ਦੀ ਗੱਲ ਹੀ ਨਹੀਂ ਗੀ ਨਾਰਮਲ ਟੀਵੀ ਦਾ ਡੋਲਬੀ ਵਿਜ਼ਨ ਤੱਕ ਨਹੀਂ ਪਲੇਟ ਕਰ ਰਹੇ ਤੇ ਆਪਣੇ ਟੀਵੀ IMAX ਤੱਕ ਚੱਲ ਰਹੇ ਇਹ ਪਰੇ ਤੱਕ ਗਾਂ ਨਾਂਗੇ ਚੰਦ ਤਾਰਿਆਂ ਤੇ ਚੰਦ ਇਹਦੇ ਅੱਜ ਤੁਸੀਂ ਦੇਖੋ IMAX ਜੀ ਨਾਲ ਹੋਰ ਮੂਵੀ ਦੇਖੋ IMAX ਤੇ ਨਾਰਮਲ ਆਪਾਂ ਕਿਸੇ ਨੂੰ ਕਹਿ ਦਈਏ IMAX ਤਾਂ ਚੱਲਦਾ ਹੀ ਨਹੀਂਗਾ ਜੀ ਇਹੀ ਕਹਿਣਾ ਤੇ ਇੱਥੇ IMAX ਆਰਾਮ ਨਾਲ ਅਵੇਲੇਬਲ ਆ ਫਿਰ ਬੈਨੀਫਿਟ ਇਹ ਆ ਸੋਨੀ ਨੇ ਅੱਜ ਕੋਈ ਮੂਵੀ ਰਿਲੀਜ਼ ਕਰਤੀ ਤਾਂ ਸੇਮ ਡੇ ਆਪਾਂ ਨੂੰ ਇਸ ਪਲੇਟਫਾਰਮ ਤੇ ਮਿਲ ਜਾਣੀ ਹੈ 5 ਮੂਵੀਜ਼ ਕ੍ਰੈਡਿਟ ਮਿਲਣੀਆਂ ਬਾਕੀ ਸੋਨੀ ਨੇ ਹੁਣ ਤੱਕ ਜਿੰਨੀਆਂ ਵੀ ਮੂਵੀਜ਼ ਬਣਾਈਆਂ ਚਾਹੇ ਪੁਰਾਣੀਆਂ ਨਵੀਆਂ ਸਭ ਇਹਦੇ ਵਿੱਚ ਆਪਾਂ ਨੂੰ ਅਵੇਲੇਬਲ ਆ ਬਰਾਵੀਆ ਤੇ ਨਾ ਬਰਾਵੀਆ ਕੋਰ ਤੇ ਇਹ ਇਸ ਸਾਲ ਲਈ ਫ੍ਰੀ ਆ 1 ਸਾਲ ਲਈ ਆਪਾਂ ਨੂੰ ਟੀਵੀਜ਼ ਨਾਲ ਫ੍ਰੀ ਆ ਰਿਹਾ ਹੈ ਤੇ ਉਸ ਤੋਂ ਬਾਅਦ ਇਹ ਆਪਾਂ ਨੂੰ ਲੈਣਾ ਪੈਣਾ ਉਸ ਤੋਂ ਬਾਅਦ ਇਹਦਾ ਚਾਰਜੇਬਲ ਹੋ ਜਾਊਗਾ ਤੇ ਸਧਾਰਨ ਟੀਵੀ ਚੱਲੀ ਜਾਊਗਾ ਬਾਈ ਜਾਨ ਉਹਦਾ ਚੱਲਦਾ ਹੀ ਰਹਿਣਾ ਹੈ ਮਤਲਬ ਐਕਸਟਰਾ ਜੇ ਤੁਸੀਂ ਯੂਜ਼ ਕਰਨਾ ਤੁਸੀਂ ਜਿਹੜਾ ਆਪਾਂ ਨਵਾਂ ਜਿਉਂ ਟੀਵੀ ਦਾ ਆਪਾਂ ਐਕਸਆਰ ਟੀਵੀ ਲੈ ਰਹੇ ਹਾਂਗੇ ਉਹਦਾ ਫੁੱਲ ਐਕਸਪੀਰੀਅੰਸ ਕਰਨਾ ਆਪਾਂ ਤਾਂ ਉਹ ਚੀਜ਼ ਆ ਗਈ ਫਿਰ ਉਹ ਨਾਰਮਲ ਜਿਹੜੇ ਟੀਵੀ ਆਪਾਂ ਜਿਵੇਂ ਯੂਜ਼ ਕਰ ਰਹੇ ਹਾਂਗੇ ਉਹ 'ਚ ਕੀ ਹੁੰਦਾ ਨੈੱਟਫਲਿਕਸ ਚਲਾਉਂਦੇ ਹਾਂ ਸਪੀਡ ਕਿੰਨੀ ਹੁੰਦੀ ਸਿਰਫ 20 MB ਆਪਾਂ ਨੂੰ ਵਾਓ ਫੀਲ ਹੁੰਦਾ ਬਹੁਤ ਵਧੀਆ ਚੱਲਿਆ ਫਿਰ ਐਪਲ ਆ ਗਿਆ 40 MB ਦੀ ਸਪੀਡ ਸਪੋਰਟ ਕਰਦਾ ਫਿਰ ਆਪਣਾ ਜਿਹੜਾ ਬਰਾਵੀਆ ਕੋਰ ਆ ਗਿਆ 80 MB ਤੱਕ ਸਪੀਡ ਨੂੰ ਸਪੋਰਟ ਕਰਦਾ ਹੈ ਬਿਲਕੁਲ ਤੇ ਫਿਰ ਤੁਸੀਂ ਦੇਖੋਗੇ ਤੁਸੀਂ ਇਹਦੇ ਵਿੱਚ ਤੁਸੀਂ ਹੁਣ ਇਹਦੀ ਪਿਕਚਰ ਕੁਆਲਿਟੀ ਤੁਸੀਂ ਇਮੇਜਿਨ ਕਰਕੇ ਦੇਖੋ ਕਿੱਥੋਂ ਤੱਕ ਹੋਊਗੀ ਬਿਲਕੁਲ ਪਿਕਚਰ ਕੁਆਲਿਟੀ ਤਾਂ ਫਿਰ ਬਾਈ ਸੋਨੀ ਜਦੋਂ ਆ ਗਿਆ ਸਾਊਂਡ ਸਿਸਟ
ਬਠਿੰਡੇ ਦੇ ਵਿੱਚ ਆ ਸੋਨੀ ਇੱਕੋ ਹੀ ਸ਼ੋਰੂਮ ਆ ਬਾਈ ਜੀ ਇੱਕੋ ਸ਼ੋਰੂਮ ਹਾਂਜੀ ਇਹ ਰੋਡ ਕਿਹੜਾ ਵਾ ਰਣਜੀਤ ਅਮਰੀਕ ਸਿੰਘ ਰੋਡ ਜੀ ਅਮਰੀਕ ਸਿੰਘ ਰੋਡ ਦੇ ਉੱਤੇ ਆ ਸਕਦੇ ਚਾਵਲਾ ਇਲੈਕਟ੍ਰੋਨਿਕਸ ਵਾਲੇ ਵੱਜਦੇ ਆ ਤੇ ਫੋਨ ਨੰਬਰ ਵੀ ਆਪਾਂ ਦੇਵਾਂਗੇ ਹਾਂ ਫੋਨ ਨੰਬਰ ਤੇ ਬਾਈ ਜੀ ਨਾ ਬਾਕੀ ਥੋੜੀ ਥੋੜੀ ਆਪਾਂ ਗੱਲਬਾਤ ਉਧਰ ਐਕਸੈਸਰੀਜ਼ ਦੀ ਵੀ ਕਰ ਲਈਏ ਸਾਊਂਡ ਸਿਸਟਮ ਦੀ ਵੀ ਆਓ ਜੀ ਬਾਕੀ ਕੈਟਾਗਰੀਜ਼ ਇੱਕ ਆ ਦਿਖਾਓ ਪਿਓਰ ਹਾਂ ਜੀ ਦਿਖਾ ਦਿਓ ਇਹ ਕੀ ਚੀਜ਼ ਆ ਇਹ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ 80 ਐਮਬੀਐਸ ਪਿਓਰ ਜਿਹੜਾ ਆਪਾਂ ਨੂੰ ਮਿਲੂਗਾ ਪਿਕਚਰ ਪਿਓਰ ਸਿਗਨਲ ਦੇਖਣ ਨੂੰ ਮਿਲੂਗਾ ਆਪਾਂ ਨੂੰ ਪੂਰਾ ਪ੍ਰੋਪਰ ਪਿਕਚਰ ਆਈਮੈਕਸ ਓਰੀਜਨਲ ਮਿਲਣਾ ਯਾਰ ਚੀਜ਼ ਇਹਦੇ ਦੇਖਣ ਨੂੰ ਜੋ ਫੀਲ ਉਹ ਕਰਨਗੇ ਅਸਲੀ ਵਾਲਾ ਫੀਲ ਜੇ ਪਾਣੀ ਦੀ ਬੂੰਦ ਵੀ ਡਿੱਗਦੀ ਆ ਉਹਦਾ ਖੜਾਕ ਜਿਹਾ ਹੁੰਦਾ ਨਾ ਮਲਾਮ ਜਿਹਾ ਖੜਾਕ ਹੁੰਦਾ ਉਹ ਵੀ ਸੁਣੂ ਤੁਹਾਨੂੰ ਜੀ ਆ ਜਾਓ ਇੱਧਰਲੇ ਪਾਸੇ ਨੂੰ ਭਾਈ ਆ ਬੈਠੇ ਨੇ ਇੱਧਰ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਓਨਰ ਸਾਹਿਬ ਨੇ ਚਾਵਲਾ ਇਲੈਕਟ੍ਰੋਨਿਕਸ ਦੇ ਤਾਂ ਸਰ ਜੀ ਹੁਣੀ ਇੱਥੇ ਬੈਠੇ ਹੁੰਦੇ ਇਹਨਾਂ ਨਾਲ ਵੀ ਮੁਲਾਕਾਤ ਕਰ ਸਕਦੇ ਹੋ ਨਿੱਘੇ ਸੁਭਾਅ ਦੇ ਮਾਲਕ ਨੇ ਫਿਲਹਾਲ ਥੋੜ੍ਹੇ ਸਿਹਤ ਪੱਖੋਂ ਠੀਕ ਹੋ ਜੀ ਠੀਕ ਹੈ ਚਲੋ ਚੜ੍ਹਦੀ ਕਲਾ ਚਾਹੀਦੀ ਤਾਂ ਆਪਾਂ ਇੱਧਰ ਕੈਮਰੇ ਦੀ ਵੀ ਗੱਲ ਕਰ ਲਈਏ ਇੱਕ ਵੀਡੀਓ ਗੇਮਸ ਵੀਡੀਓ ਗੇਮ ਪਲੇਸਟੇਸ਼ਨ ਅੱਛਾ PS5 ਇਹ ਵੀ ਕਹਿੰਦੇ ਬਲੈਕ ਵਾਂਗੂ ਵਿਕਦਾ ਬਲੈਕ ਵਾਂਗੂ ਵਿਕਦਾ ਇਹ ਬਹੁਤ ਘੱਟ ਆਉਂਦਾ ਆਪਣੇ ਕੋਲ ਅਵੇਲੇਬਲ ਹੁੰਦਾ ਇਹ ਅੱਛਾ ਅੱਛਾ ਇਹ ਕੀ ਕਾਰਨ ਇੰਨਾ ਮਹਿੰਗਾ ਕਾਹਤੋਂ ਵਿਕਦਾ ਇਹ ਬੱਚਿਆਂ ਨੂੰ ਗੇਮਿੰਗ ਦਾ ਜਿਨ੍ਹਾਂ ਨੂੰ ਸ਼ੌਂਕ ਆ ਪ੍ਰੋਫੈਸ਼ਨਲੀ ਗੇਮਿੰਗ ਕਰਨੀ ਆ ਤਾਂ ਉਹਦੇ ਲਈ ਆ ਗਿਆ ਇਹ ਇਹ ਦੁਨੀਆ ਦੇ ਵਿੱਚ ਨੰਬਰ 1 ਬ੍ਰਾਂਡ ਹੈ ਜੀ ਗੇਮਿੰਗ ਦੇ ਵਿੱਚ ਪਲੇਸਟੇਸ਼ਨ ਸੋਨੀ ਦਾ ਪਲੇਸਟੇਸ਼ਨ ਸੋਨੀ ਦਾ ਹਾਂਜੀ ਜੀ ਇਹ ਦਰਸ਼ਕੋ ਇਹ ਵੀ ਤੁਸੀਂ ਬਾਏ ਕਰ ਸਕਦੇ ਆਰਡਰ ਕਰਕੇ ਹੈ ਨਾ ਆਰਡਰ ਕਰਕੇ ਆਨਲਾਈਨ ਬੁਕਿੰਗ ਕਰਵਾਉਣੀ ਪੈਂਦੀ ਹੈ ਪਹਿਲਾਂ ਫਸਟ ਬੁਕਿੰਗ ਕਰਵਾਵਾਂਗੇ ਫਿਰ ਮਿਲਦਾ ਆਪਾਂ ਨੂੰ ਇਹ ਆਏ ਨਹੀਂ ਗਾ ਵੀ ਸਿੱਧਾ ਹੀ ਸਿੱਧਾ ਆ ਕੇ ਸਿੱਧਾ ਆ ਕੇ ਰੁਪਏ ਫੜਾਈ ਉਵੇਂ ਨਹੀਂ ਮਿਲਦਾ ਜੀ ਇਹ ਬੁਕਿੰਗ ਕਰਵਾਉਣਾ ਪੈਂਦਾ ਫਿਰ ਮਿਲਦਾ ਆਪਾਂ ਨੂੰ ਕਮਾਲ ਆ ਵੀ ਗੱਲ ਲਓ ਜੀ ਇਹ ਕੈਟਾਗਰੀ ਤੁਹਾਡੇ ਬਲੌਗਰਸ ਵਾਸਤੇ ਬਲੌਗਰਸ ਅੱਛਾ ਬਲੌਗਰਾਂ ਵਾਸਤੇ ਆ ਗਿਆ ਭਾਈ ਨੋਟ ਕਰ ਲਿਓ ਵੀ ਜਿਹਨੇ ਨਵੇਂ ਚੈਨਲ ਖੋਲਣੇ ਆ ਅੱਛਾ EV10 ਮਾਡਲ ਆਏ ਹੈ ਜ਼ੈਡ EV10 ਆ ਤੁਸੀਂ ਦਿਖਾ ਸਕਦੇ ਹੋ ZE10 ਜੀ ਆ ਕੈਮਰਾ ਵਾਲਾ ਹਾਂ ਠੀਕ ਹੈ ਤੇ ਹੈ ਵੀ ਕਹਿੰਦੇ ਦਰਮਿਆਨੇ ਰੇਟ ਦਾ ਹੀ ਆ ਹਨਾ ਦਰਮਿਆਨੇ ਰੇਟ ਦਾ ਇਹਦੀ ਰੇਂਜ ਆਪਣੀ ਸਟਾਰਟ ਹੋ ਜਾਂਦੀ ਹੈ ਨੀਅਰ 54000 ਰੁਪਏ ਤੋਂ 54000 ਤੋਂ ਸਟਾਰਟ ਹੋ ਜਾਂਦਾ ਤੇ ਬਾਕੀ ਸੋਨੀ ਦਾ ਫਿਰ ਸੋਨੀ ਤੇ ਲੈਂਸ ਕਿਨ ਪ੍ਰੋਫੈਸ਼ਨਲ ਕੈਮਰਾਸ ਆ ਰਹੇ ਆ ਜੀ ਹੁਣ ਜੀ ਮਤਲਬ ਕਿ ਪ੍ਰੋਫੈਸ਼ਨਲ ਫੋਟੋਗ੍ਰਾਫਰ ਸਾਰੇ ਇਹ ਯੂਜ਼ ਕਰ ਰਹੇ ਆ ਜੀ ਅੱਜ ਦੇ ਦਿਨ ਇੰਡੀਆ ਦਾ ਨੰਬਰ 1 ਬ੍ਰਾਂਡ ਜੀ ਸਾਰੇ ਆਲ ਪਲੇਟਫਾਰਮਸ ਤੇ ਇਹ ਕੈਮਰੇ ਗਰੋ ਕਰ ਰਹੇ ਆ ਜੀ ਔਰ ਸਾਡੇ ਕੋਲ ਇਹ ਅਵੇਲੇਬਲ ਨੇ ਇਹ ਲੈਂਸ ਕਿੰਨੇ ਹੁੰਦੇ ਇਹਦੇ ਨਾਲ ਫਿਰ ਮਿਲਦੇ ਆ ਇਹਦੇ ਨਾਲ ਇੱਕ ਆਉਂਦਾ ਏ ਇੱਕ ਆਉਂਦਾ ਵਾ ਬਈ ਕਿ ਐਕਸਟਰਾ ਲੈਣ ਹੋ ਲੈ ਸਕਦੇ ਐਕਸਟਰਾ ਲੈ ਸਕਦੇ ਆ ਆਪਾਂ ਆਪਣੇ ਕੋਲ ਸਾਰੇ ਅਵੇਲੇਬਲ ਆ ਇਹ ਹਰ ਤਰੀਕੇ ਦਾ ਲੈਂਸ ਹਰ ਤਰੀਕੇ ਦਾ ਅਵੇਲੇਬਲ ਆ ਐਕਸੈਸਰੀ ਕੈਮਰਾ ਤੇ ਕੈਮਰੇ ਸਾਡੇ ਕੋਲ ਅਵੇਲੇਬਲ ਸਾਰੇ ਕੈਮਰਾ ਰੇਂਜ ਆਪਣੇ ਕੋਲੇ ਅਵੇਲੇਬਲ ਆ ਇੱਕ ਵਾਰੀ ਮੈਨੂੰ ਹੋਰ ਗੱਲ ਦੱਸ ਦਿਓ ਸੂਡੇ ਡਾਇਰੈਕਟ ਸ਼ੋਰੂਮ ਉਨ ਤੇ ਕੋਈ ਮਾੜਾ ਮੋਟਾ ਫਾਇਦਾ ਹੋਊ ਬਿਲਕੁਲ ਜੀ ਇੱਥੇ ਅਸੀਂ ਕੁਛ ਨੂੰ ਸਿੱਧੀਆਂ ਤਾਰਾਂ ਪਹਾੜੇ ਨਾਲ ਜੋੜਤੀਆਂ ਤਾਂ ਕੋਈ ਡਿਸਕਾਊਂਟਸ ਵੀ ਮਿਲਣਗੇ ਔਰ ਵਧੀਆ ਆਫਰਸ ਵੀ ਮਿਲਣਗੀਆਂ ਜਿਹੜੀਆਂ ਕਿ ਆਉਂਦੀਆਂ ਹੀ ਬ੍ਰਾਂਡ ਸਟੋਰ ਤੇ ਆ ਜੋ ਸਰਵਿਸਸ ਮਤਲਬ ਕਿ ਬਾਅਦ ਦੇ ਵਿੱਚ ਪੁੱਛ ਪੜਤਾਲ ਕਈ ਕਹਿੰਦੇ ਨੇ ਲਾਂਬਾ ਉਹ ਵੀ 100% ਦਾ ਬੈਨੀਫਿਟ ਇੱਥੇ ਬਹੁਤ ਬੈਨੀਫਿਟ ਜੀ ਜੀ ਦੇਖੋ ਆ ਕੈਮਰਾ ਕਲੈਕਸ਼ਨਸ ਹੋ ਗਈ ਦੈਨ ਆ ਤੁਹਾਡੀ ਐਕਸੈਸਰੀਜ਼ ਆ ਗਏ ਆ ਕੀ ਆ ਗਏ ਹੈੱਡਫੋਨ ਪਰਸਨਲ ਆਡੀਓ ਆਡੀਓ ਆਪਦੇ ਵਾਸਤੇ ਜਦੋਂ ਪਰਸਨਲੀ ਬੈਠ ਕੇ ਸੁਣਨਾ ਤਾਂ ਉਹ ਇਹ ਆਡੀਓ ਆ ਗਏ ਜੀ ਔਰ ਇਹ ਈਅਰਬਡਸ ਆ ਗਈਆਂ ਆ ਇਹ ਕੰਨਾਂ ਚਲਾਉਣ ਵਾਲੇ ਤੇ ਆ ਗਏ ਦਰਸ਼ਕੋ ਆ ਗਏ ਇੱਕ ਤੁਸੀਂ ਦੱਸਦੇ ਸੀ ਵੀ ਜਿਹੜੇ ਉਹ ਸਿਰਫ ਬਾਹਰਲੀ ਆਵਾਜ਼ ਜਮੇ ਨਹੀਂ ਸੁਣਦੀ ਉਹ ਕਿਹੜੇ ਇੱਕ ਤਾਂ ਆ ਲੱਗਿਆ ਹੈੱਡਫੋਨ ਆ ਰਹੇ ਆ ਜੀ ਆ ਇਹ ਹੁਣੇ ਲਾਂਚ ਹੋਏ ਨੇ ਜੀ ਮਾਰਕ 5000 ਮਾਰਕ 5 ਕਹਿੰਦੇ ਨੇ ਜੀ ਇਹਨੂੰ ਜੀ ਇਹ ਨੋਇਸ ਕੈਂਸਲੇਸ਼ਨ ਵਾਲਾ ਹੁੰਦਾ ਜੀ ਇਹਦੇ ਵਿੱਚ ਇਹ ਕੀ ਹੈ ਕਿ ਤੁਸੀਂ ਬਾਹਰ ਜਿੰਨਾ ਮਰਜ਼ੀ ਰੌਲਾ ਹੋਵੇ ਇਹ ਹੈੱਡਫੋਨ ਲਾਏ ਹੋਏ ਆ ਤਾਂ ਤੁਹਾਨੂੰ ਬਾਹਰ ਦੀ ਆਵਾਜ਼ ਅੰਦਰ ਨਹੀਂ ਆਊਗੀ ਤੁਹਾਨੂੰ ਆਪ ਇਹੀ ਆਵਾਜ਼ ਸੁਣੂਗੀ ਬਸ ਤੁਸੀਂ ਅੰਦਰੋਂ ਅੰਦਰ ਹੀ ਜੀ ਸਵਰਗ ਦੇ ਆਨੰਦ ਮਾਣੋਗਾ ਸੇਮ ਈਅਰਬਡ ਦੇ ਵਿੱਚ ਆਪਾਂ ਨੂੰ ਮਾਡਲ ਮਿਲ ਜਾਂਦਾ ਜੇ ਆਪਾਂ ਛੋਟਾ ਈਅਰਬਡ ਲੈਣਾ ਤੇ ਈਅਰਬਡ ਦੇ ਵਿੱਚ ਵੀ ਇਹ ਨੋਇਸ ਕੈਂਸਲਿੰਗ ਮਾਡਲ ਹੈਗਾ M4 ਮਾਰਕ 4 ਹੈ ਨਿੱਕੇ ਚ ਵੀ ਮਿਲ ਜਾਣਾ ਹਾਂ ਇਹ ਛੋਟੇ ਚ ਆਪਣੇ ਈਅਰਬਡ ਦੇ ਵਿੱਚ ਵੀ ਮਾਰਕ 4 ਮਿਲ ਜਾਣਾ ਇਹ ਵੀ ਨੋਇਸ ਕੈਂਸਲਿੰਗ ਮਾਡਲ ਆ ਸੁਬੇ ਦੇ ਚ ਵੀ ਮਿਲ ਜੂ ਹਾਈ ਕੁਆਲਿਟੀ ਆਡੀਓ ਸਪੋਰਟ ਕਰਦੇ ਆ ਸਾਰੇ ਮਾਡਲ ਜੀ 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 ਤੇ ਅੱਗੇ ਆਹ ਵੀ ਆਵੇ ਇਹ ਆ ਗਏ ਜੀ ਹੈੱਡਫੋਨ ਕੈਟਾਗਰੀ ਸਾਰੀ ਕਾਫੀ ਭਾਈ ਆਰਡਰ ਰੇਂਜ ਦੇ ਆ ਨਾ ਕੋਈ ਘੱਟ ਰੇਟ ਕੋਈ ਵੱਧ ਰੇਟ ਹੈ ਨਾ ਤੇ ਉਹਨਾਂ ਦੇ ਫੀਚਰਸ ਵੀ ਅਲੱਗ ਨੇ ਹਰ ਤਰੀਕੇ ਦੇ ਕਸਟਮਰ ਵਾਸਤੇ ਹਰ ਚੀਜ਼ ਹੈਗੀ ਹੈ ਜੀ ਮਹਿੰਗੇ ਵਾਲੀ ਗੱਲ ਕੋਈ ਨਹੀਂ ਹੈਗੀ ਬੜੀ ਅਫੋਰਡੇਬਿਲਟੀ ਦੀਆਂ ਛੋਟੀਆਂ ਛੋਟੀਆਂ ਇੰਸਟਾਲਮੈਂਟਸ ਹਰ ਤਰੀਕੇ ਨਾਲ ਕਸਟਮਰ ਨੂੰ ਇਹ ਚੀਜ਼ਾਂ ਦੇ ਦਿੰਦੇ ਆ ਜੀ ਇਹ ਕੋਈ ਮਹਿੰਗੇ ਨਹੀਂਗੇ ਹੈੱਡਫੋਨ 30000 ਦਾ ਵੀ ਹੈ ਹੈੱਡਫੋਨ 1200 ਦਾ ਵੀ ਹੈ ਹੈੱਡਫੋਨ 30000 ਦਾ ਵੀ ਹੈ ਦਰਸ਼ਕੋ ਤੇ 1200 ਦਾ ਵੀ ਹੈ ਗੱਲ ਇਹ ਵੀ ਬਈ ਉਹ ਫੀਚਰਸ ਹਾਂ ਫੀਚਰਸ ਐਡ ਆਨ ਹੋਈ ਜਾਂਦੇ ਆ ਜੀ ਪ੍ਰਾਈਸ ਵਧੀ ਜਾਂਦੀ ਆ ਗੱਲ ਇਹ ਵੀ ਇੱਕ ਸਕੂਟਰ ਨਾਲ ਵੀ ਸਰ ਜਾਣਾ ਤੇ ਹਾਰਲੇ ਵੀ ਜੇ ਦਾ ਲੈਣਾ ਉਹਦੇ ਅੱਡ ਹਨਾ ਗੱਲ ਬਾਤ ਆ ਹੀ ਆ ਤੇ ਦਰਸ਼ਕ ਆਹ ਬਾਈ ਜੀ ਉਹ ਤੋਂ ਬਾਅਦ ਹੋਮ ਥੀਏਟਰ ਆ ਗਏ ਸਾਊਂਡ ਬਾਰ ਪ੍ਰੋਪਰ ਜਿਵੇਂ ਆਪਾਂ ਥੀਏਟਰ 'ਚ ਮੂਵੀ ਦੇਖਣ ਜਾਂਦੇ ਹਾਂ ਥੀਏਟਰ 'ਚ ਇੱਕ ਵਾਰੀ ਮੂਵੀ ਦੇਖਣ ਜਾਂਦੇ ਵੀ ਆਪਾਂ ਜੇ ਫੈਮਿਲੀ ਨਾਲ ਜਾਈਏ 2000-2500 ਰੁਪਇਆ ਲਾ ਆਉਣੇ ਆ ਜੀ ਤਾਂ ਉਹਦੇ ਨਾਲੋਂ ਆਪਾਂ ਨੂੰ ਕੀ ਸੇਮ ਹੋਮ ਥੀਏਟਰ ਆਪਾਂ ਘਰੇ ਲਾਈਏ ਤਾਂ ਫੈਮਿਲੀ ਦੇ ਨਾਲ ਇੰਜੋਏ ਬੈਟਰ ਕਰ ਸਕਦੇ ਹਾਂ ਆਪਾਂ ਜਿਵੇਂ ਹੁਣ ਪਿੱਛੇ ਕਰੋਨਾ ਆਇਆ ਸੀ ਆਪਾਂ ਨਹੀਂ ਜਾ ਪਾਏ ਥੀਏਟਰਸ ਆਪਣੇ ਘਰੇ ਬਣ ਗਏ ਉਦੋਂ ਆਪਾਂ ਫੀਲ ਕੀਤਾ ਵੀ ਆਪਣੇ ਘਰੇ ਹੋਮ ਥੀਏਟਰ ਹੋਣਾ ਚਾਹੀਦਾ ਹੁਣ ਆਪਾਂ ਟੀਵੀ ਪਰਚੇਜ਼ ਕਰਦੇ ਹਾਂ ਸਕਰੀਨਾਂ ਬਹੁਤ ਵੱਡੀਆਂ ਆ ਗਈਆਂ
ਆਪਾਂ ਰਾਤ ਬਰਾਤ ਨਿਕਲ ਵੀ ਨਹੀਂ ਸਕਦੇ ਹੈ ਨਾ, ਤਾਂ ਉਸ ਪਰਪਸ ਤੋਂ ਤੁਸੀਂ ਅਗਰ ਖਰਚਣਾ ਚਾਹੁੰਦੇ ਹੋ ਕੁਛ 4 ਰੁਪਈਏ ਤਾਂ ਇਹ ਵਧੀਆ ਆਪਸ਼ਨ ਹੈ ਖਰਚਣ ਲਈ। ਦੇਖੋ ਜੀ ਤੁਸੀਂ ਲਗਾ ਕੇ ਚੱਲੋ, ਅਗਰ ਤੁਸੀਂ ਇਸ ਟੀਵੀ ਤੇ 70-80 ਹਜ਼ਾਰ ਰੁਪਇਆ ਖਰਚਤਾ ਆਡੀਓ ਤੇ ਵੀਡੀਓ ਦੇ ਕੰਬੀਨੇਸ਼ਨ ਤੇ, ਜੇ ਤੁਸੀਂ 40 ਮੂਵੀਜ਼ ਘਰੇ ਦੇਖ ਲਈਆਂ ਤਾਂ ਤੁਸੀਂ ਦੇਖੋਗੇ ਉਹ ਤੁਹਾਡਾ ਫ੍ਰੀ ਹੋ ਗਿਆ, ਫ੍ਰੀ ਹੋ ਗਿਆ ਔਰ ਲਾਈਫ ਟਾਈਮ ਤੁਸੀਂ ਦੇਖਣਾ ਇਹਦੀ ਲਾਈਫ 10 ਸਾਲ ਹੈ ਜੀ। ਫਿਰ ਦੂਸਰਾ ਬੈਨੀਫਿਟ ਇਹ ਆ, ਦੇਖੋ ਕੁਝ ਵੀ ਨਹੀਂ ਰਹੀ, ਉਲਟਾ ਬੈਨੀਫਿਟ ਚ ਆਪਾਂ ਜੀ। ਅਗਰ ਆਪਾਂ ਥੀਏਟਰ ਚ ਇੱਕ ਮੂਵੀ ਦੇਖ ਕੇ 2000 ਰੁਪਇਆ ਖਰਚਦੇ ਆ ਤੇ ਜਦੋਂ 40 ਮੂਵੀਜ਼ ਦੇਖ ਲਈਆਂ ਘਰੇ ਆਪਾਂ ਤਾਂ ਕਵਰ ਹੋ ਗਿਆ ਪੈਸਾ। ਬਿਲਕੁਲ ਸ਼ਾਹਰੁਖ ਖਾਨ ਵਾਲੀ ਫੀਲਿੰਗ ਯਾਰ, ਘਰੇ ਉਹ ਵੀ ਘਰੇ ਹੀ ਦੇਖਦਾ, ਆਪ ਉਹ ਵੀ ਨਹੀਂ ਜਾਂਦਾ ਸਿਨੇਮੇ ਚ। ਫਿਰ ਸਾਰੇ ਫਿਲਮ ਸਟਾਰਸ ਦੇ ਆ ਵੱਡੀਆਂ ਸਕਰੀਨਸ ਘਰੇ ਥੀਏਟਰਸ ਬਣੇ। ਬਿਲਕੁਲ ਜੀ ਬਿਲਕੁਲ। ਇਸ ਤੋਂ ਬਾਅਦ ਹਾਂਜੀ, ਇਸ ਤੋਂ ਬਾਅਦ ਫਿਰ ਆਪਾਂ ਨੂੰ ਬੈਨੀਫਿਟ ਹੈ ਜੇ ਆਪਾਂ ਟੀਵੀ ਪਰਚੇਜ ਕਰ ਰਹੇ ਆ ਜੇ ਨਾਲ ਹੋਮ ਥੀਏਟਰ ਪਰਚੇਜ ਕਰਦੇ ਆ ਤਾਂ ਕੋਂਬੋ ਆਫਰ ਬਣ ਜਾਂਦਾ ਆਪਣਾ, ਹੋਰ ਐਕਸਟਰਾ ਡਿਸਕਾਊਂਟ ਮਿਲ ਜਾਂਦਾ ਹੋਮ ਥੀਏਟਰ ਜੇ ਆਪਾਂ ਇਕੱਠੇ ਲੈ ਲੈਂਦੇ ਹੈਗੇ ਜੀ। ਇਹ ਵੀ ਬੈਨੀਫਿਟ ਆਪਾਂ ਨੂੰ, ਕਿਉਂਕਿ ਟੀਵੀ ਆਪਾਂ ਲੈ ਹੀ ਲਿਆ, ਸਕਰੀਨ ਅੱਜ ਕੱਲ੍ਹ ਲਾਰਜ ਸਕਰੀਨ ਦਾ ਟਾਈਮ ਹੈਗਾ ਤਾਂ ਸੇਮ ਥੀਏਟਰ ਬਣ ਜਾਂਦਾ ਆਪਾਂ ਨੂੰ, ਥੀਏਟਰ ਜਾਣ ਦੀ ਲੋੜ ਹੀ ਨਹੀਂ ਲਾਜ਼ਮੀ। ਤੇ ਆਹ ਵੀਰ ਜੀ ਇਧਰਲੇ ਪਾਸੇ ਆਹ, ਇਹਨਾਂ ਨੂੰ ਜੀ ਅਸੀਂ ਪਾਰਟੀ ਸਪੀਕਰ ਕਹਿ ਦਿੰਦੇ ਹਾਂ, ਪਾਰਟੀ ਸਪੀਕਰ, ਪਾਰਟੀ ਕਰਨ ਵਾਸਤੇ ਸਪੀਕਰ ਨੇ ਜੀ, ਇਹਦੇ ਵਿੱਚ ਕਾਫੀ ਕੈਟੇਗਰੀ ਆਉਂਦੀ ਆ। ਮਤਲਬ ਜੇ ਕਿਸੇ ਨੇ ਇਹਨਾਂ 15-20 ਬੰਦੇ ਨੇ ਆਡੀ ਆਲੇ ਦਰਮਿਆਨੇ ਅਲੈਦਾ ਆ ਹੋ ਕੇ ਕਿਤੇ ਆਫਰੋਡਿੰਗ ਕਰਦਿਆਂ ਕਰਦਿਆਂ ਕਿਤੇ ਨੰਦ ਮਾਣਨਾ, ਫਿਰ ਜਿਵੇਂ ਮਾਡਲ ਆ ਗਏ ਜੀ ਆਪਣੇ, ਹਾਂ ਸਹੀ ਆ, ਆਹ ਮਾਡਲ ਆ ਗਏ ਜਿਵੇਂ ਜੀ, ਇਹਦੇ ਵਿੱਚ ਹੁਣ ਇੱਕ ਵਾਰੀ ਚਾਰਜ ਕਰ ਲਿਆ ਆਪਣੇ ਕੋਲੇ 20 ਘੰਟੇ ਚੱਲ ਜਾਂਦਾ ਹੈਗਾ, ਫਿਰ ਇਹ ਤੋਂ ਬਾਅਦ ਮਾਡਲ ਆ ਗਿਆ ਜਿਵੇਂ XP700 ਇਹ 25 ਘੰਟੇ ਚੱਲ ਜਾਂਦਾ। ਜਿਵੇਂ ਆਪਾਂ ਬਾਹਰ ਗੱਡੀ 'ਚ ਰੱਖੇ ਕਿਤੇ ਜਾਣਾ ਹੈਗਾ, ਪਾਰਟੀ ਲਈ ਚੱਲੇ ਹਾਂ ਜਾਂ ਆਪਾਂ ਪਿਕਨਿਕ ਲਈ ਚੱਲੇ ਹਾਂ, ਉੱਥੇ ਜਿੱਥੇ ਮਰਜ਼ੀ ਰੱਖ ਕੇ ਆਪਣਾ ਪਾਰਟੀ ਦਾ ਮਾਹੌਲ ਬਣਾ ਸਕਦੇ ਹਾਂ ਆਪਾਂ। ਇਹ ਵਾਇਰਲੈਸ ਹੈ ਜੀ, ਵਾਇਰਲੈਸ ਆ ਗਿਆ, ਚਾਰਜ ਕਰਕੇ ਜੀ, ਬਿਨਾ ਵਾਇਰ ਤੋਂ ਕਿਤੇ ਵੀ ਰੱਖ ਲਓ, ਕਿਤੇ ਵੀ ਰੱਖ ਲਓ, ਬਸ ਬਸ। ਤੇ ਆਹ ਵਾਇਰ ਵਾਲੇ ਨੇ, ਇਹ ਵਾਇਰ ਵਾਲੇ ਨੇ, ਦੇਖੋ ਅੱਡ ਅੱਡੇ ਦੇ ਜੀ ਪਏ ਆ, ਮਾਡਲਸ ਪਏ ਨੇ, ਇੱਕ ਆਹ ਵੱਡਾ ਸਰਾ ਪੇਟੀਐਮ ਵਰਗਾ ਲੱਗਦਾ ਮੈਨੂੰ ਤਾਂ ਇਹ ਸਾਰੀਆਂ ਗੱਲਾਂ ਆਪਾਂ ਕੈਮਰੇ ਤੇ ਵੀ ਨਹੀਂ ਕਰ ਸਕਦੇ ਕਿਉਂਕਿ ਸਮਾਂ ਤੁਹਾਡੇ ਕੋਲ ਵੀ ਘੱਟ ਹੁੰਦਾ, ਤੇ ਵੀਰ ਜੀ ਤੁਹਾਡਾ ਵੀ ਧੰਨਵਾਦ, ਮਿਹਰਬਾਨੀ ਤੁਸੀਂ ਸਮਾਂ ਦਿੱਤਾ, ਮਿਹਰਬਾਨੀ ਮਿਹਰਬਾਨੀ। ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ, ਮਿਹਰਬਾਨੀ, ਧੰਨਵਾਦ।